ਕਦੇ ਜ਼ਿੰਦਗੀ ਤੋਂ ਮੈਨੂੰ ਕੋਈ ਆਸ ਨਹੀਂ ਸੀ ਕਿ ਮੈਂ ਜਿਹੜੀ ਇੱਕ ਲੇਡੀ ਔਰਤ ਘਰ ਬੈਠੀ ਕਦੇ ਗੁਆਂਢ ਘਰ ਵਿੱਚ ਗੁਆਂਢ ਨਹੀਂ ਗਈ, ਕਦੇ ਗੱਲਬਾਤ ਨਹੀਂ ਕਦੇ ਕਿਸੇ ਨਾਲ ਕੀਤੀ, ਅਤੇ ਅੱਜ ਮੈਂ ਲੋਕਾਂ ਵਿੱਚ ਜਾ ਰਹੀ ਹਾਂ। ਕੋਈ ਹੱਥੀਂ ਕੰਮ ਨਹੀਂ ਕਰਦਾ ਹੈ, ਪਹਿਲੇ ਅਸੀਂ ਹੱਥੀਂ ਕੰਮ ਕਰਦੇ ਸੀ, ਕੋਈ ਜ਼ਹਿਰ ਨਹੀਂ ਸੀ ਪਾਉਂਦੇ ਅਤੇ ਕੋਈ ਸਰੀਰ ਨੂੰ ਜਿਹੜੇ ਹੈਗੇ ਕੋਈ ਰੋਗ ਵੀ ਨਹੀਂ ਸੀ ਹੁੰਦੇ। ਵਾਧੂ ਇੱਕ ਹਊਆ ਬਣਾਇਆ ਹੋਇਆ ਆਪਣੇ ਵੀ ਜ਼ਹਿਰਾਂ ਪਾਵਾਂਗੇ ਤਾਂ ਕੋਈ ਸਬਜ਼ੀ ਹੋਊਗੀ ਜਾਂ ਫਸਲ ਹੋਊਗੀ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਪ੍ਰੋਗਰਾਮ ਸਫਰੇ ਜ਼ਿੰਦਗੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਐਸੇ ਸ਼ਖਸ ਦੀ ਇੱਕ ਮੁਲਾਕਾਤ ਕਰਾਉਂਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਅਲੱਗ ਮੁਕਾਮ ਹਾਸਲ ਕੀਤਾ ਹੁੰਦਾ ਹੈ। ਅਤੇ ਅੱਜ ਅਸੀਂ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨੇ ਕਮਲਜੀਤ ਕੌਰ ਜੀ। ਕਮਲਜੀਤ ਕੌਰ, ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਅਤੇ ਅਸੀਂ ਸ਼ੁਰੂਆਤ ਕਰਦੇ ਹਾਂ ਜੀ, ਵੀ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਵੀ ਤੁਹਾਡੀ ਜਿੱਦਾਂ ਆਮ ਹੁੰਦਾ ਵੀ ਕਿਸੇ ਵੀ ਜਿਹੜਾ ਸ਼ਖਸ ਹੈ ਕੋਈ ਸ਼ਖਸੀਅਤ ਹੈ ਉਹਦੇ ਅਸੀਂ ਪਿਛੋਕੜ ਬਾਰੇ ਜਾਣਦੇ ਹਾਂ, ਅਤੇ ਇਸ ਕਰਕੇ ਅਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਸਾਡੇ ਦਰਸ਼ਕਾਂ ਨੂੰ ਆਪਣੇ ਪਿਛੋਕੜ ਬਾਰੇ ਜ਼ਰੂਰ ਦੱਸੋ ਜੀ। ਜੀ ਜੀ, ਮੇਰਾ ਨਾਮ ਕਮਲਜੀਤ ਕੌਰ, ਪਿੰਡ ਭੋਤਨਾ ਅਤੇ ਜ਼ਿਲ੍ਹਾ ਬਰਨਾਲਾ ਦੇ। ਮੇਰਾ ਜਨਮ ਹੈਗਾ ਜੀ ਪਿੰਡ ਪਮਾਲੀ, ਜ਼ਿਲ੍ਹਾ ਲੁਧਿਆਣਾ, 1970 ਦੇ ਵਿੱਚ। ਮੈਂ 10ਵੀਂ ਤੱਕ ਜਿਹੜੀ ਹੈਗੀ ਆਪਣੀ ਪੜ੍ਹਾਈ ਕੀਤੀ ਹੈਗੀ ਆ, ਉਸ ਤੋਂ ਬਾਅਦ ਹੈਗੀ ਆ ਜਿਹੜੀ ਮੇਰੀ ਮੈਰਿਜ ਕਰ ਦਿੱਤੀ ਗਈ ਹੈ ਪਿੰਡ ਭੋਤਨਾ ਵਿੱਚ, ਜ਼ਿਲ੍ਹਾ ਬਰਨਾਲਾ ਵਿੱਚ। ਮੇਰੇ 2 ਬੱਚੇ ਹਨ ਅਤੇ ਇਹ ਪਰਿਵਾਰ ਵਿੱਚ ਜਿਹੜੇ ਖੇਤੀਬਾੜੀ ਪਰਿਵਾਰ ਹੈਗਾ, ਖੇਤੀਬਾੜੀ ਕਰਦੇ ਹੈਗੇ ਨੇ। ਇਹ ਪਰਿਵਾਰ ਦੇ ਵਿੱਚ ਆ ਕੇ ਮੈਨੂੰ ਬੜਾ ਵਧੀਆ ਲੱਗਿਆ ਹੈਗਾ, ਕਿਉਂਕਿ ਪਹਿਲਾਂ ਮੈਂ ਸ਼ਹਿਰ ਦੇ ਵਿੱਚ ਸੀ, ਮੈਨੂੰ ਕੋਈ ਚੀਜ਼ ਬਾਰੇ ਪਤਾ ਨਹੀਂ ਸੀ ਵਾਤਾਵਰਨ ਦਾ ਕੀ ਹੈਗਾ। ਇਹ ਪਰਿਵਾਰ ਦੇ ਵਿੱਚ ਆਉਣ ਕਰਕੇ ਮੈਨੂੰ ਵਧੀਆ ਲੱਗਿਆ ਹੈਗਾ, ਖੇਤੀਬਾੜੀ ਪਰਿਵਾਰ ਹੈਗਾ। ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿੱਦਾਂ ਤੁਸੀਂ ਆਪਣੇ ਪਿਛੋਕੜ ਬਾਰੇ ਗੱਲ ਕੀਤੀ ਅਤੇ ਉਹਦੇ ਵਿੱਚ ਅਸੀਂ ਜਾਣਨਾ ਚਾਹਾਂ, ਜਿੱਦਾਂ ਕਿ ਖਾਸ ਤੌਰ 'ਤੇ ਇੱਕ ਰੀਤ ਹੈਗੀ ਸਾਡੇ ਸਮਾਜ ਦੀ ਕਿ ਲੜਕੀਆਂ ਨੂੰ ਜਿਹੜਾ ਬਹੁਤਾ ਪੜ੍ਹਾਇਆ ਨਹੀਂ ਜਾਂਦਾ ਜਾਂ ਉਹਨੂੰ ਅੱਗੇ ਵਧਣ ਵਾਸਤੇ ਪ੍ਰੇਰਿਤ ਨਹੀਂ ਕੀਤਾ ਜਾਂਦਾ, ਕੀ ਤੁਹਾਡੇ ਨਾਲ ਵੀ ਕੋਈ ਇੱਦਾਂ ਦਾ ਮੰਨ ਲਓ ਤੁਹਾਨੂੰ ਪੇਸ਼ ਆਈ, ਕੋਈ ਮੁਸ਼ਕਲ ਪੇਸ਼ ਆਈ? ਹਾਂਜੀ, ਥੋੜ੍ਹਾ ਬਚਪਨ ਦੇ ਵਿੱਚ IBC ਸੀ, ਜਿਵੇਂ ਸਾਡੇ ਘਰ ਦੇ ਮੇਰੇ ਤਾਇਆ ਜੀ ਨੇ ਕੋਈ ਕਹਿਤਾ ਸੀ ਕਿ ਲੜਕੇ ਨੂੰ ਵੀ, ਜਿਵੇਂ ਸੁਣਦੇ ਸੀ ਛੋਟੇ ਹੁੰਦੇ ਕਿ 5 ਤੱਕ ਕੁੜੀਆਂ ਨੂੰ ਪੜ੍ਹਾਤਾ, ਚਿੱਠੀ ਲਿਖਣ ਜੋਗੀ ਹੋ ਗਏ, ਇਹਨੇ ਕਿਹੜਾ ਕੋਈ ਮਾਸਟਰ ਨਹੀਂ ਲੱਗਣਾ ਹੈਗਾ। ਅਤੇ ਸਰ ਥੋੜ੍ਹੀ ਜਿਹੀ ਪਾਉਂਦੀ ਸੀ ਸਮੱਸਿਆ, ਪਰ ਮੇਰੇ ਡੈਡੀ ਜੀ ਵੈਸੇ ਪੰਚਾਇਤ ਮੈਂਬਰ ਹੋਣ ਕਾਰਨ ਬਾਹਰ ਅੰਦਰ ਜਾਂਦੇ, ਉਹਨਾਂ ਨੇ ਕਦੀ ਸਾਨੂੰ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੋਣ ਦਿੱਤਾ ਹੈਗਾ। ਅਤੇ ਮੇਰੀ 10ਵੀਂ ਤੱਕ ਜਿਹੜੀ ਹੈਗੀ ਮੈਂ ਪੜ੍ਹਾਈ ਆਪਣੇ ਮਨ ਦੇ ਨਾਲ ਹੀ ਕੀਤੀ ਹੈਗੀ ਕਿ ਮੈਂ 10 ਤੱਕ ਹੀ ਪੜ੍ਹਨਾ ਹੈਗਾ। ਅਤੇ ਉਹਨਾਂ ਦੇ ਵੀ ਨਾਲ ਸੀ, ਜੇ ਤੁਸੀਂ ਅੱਗੇ ਪੜ੍ਹਨਾ ਚਾਹੁੰਦੇ ਬੇਟਾ ਪੜ੍ਹ ਸਕਦੇ ਹੋ। ਮੇਰੀ ਛੋਟੀ ਸਿਸਟਰ ਹੈਗੀ, ਉਹਨੇ ਵੀ +2 ਪਾਸ ਕੀਤੀ ਹੈਗੀ, ਔਰ ਮੇਰੇ ਬ੍ਰਦਰ ਹੈਗੇ 10ਵੀਂ ਕਲਾਸ ਤੱਕ ਜਿਹੜੇ ਹੈਗੇ ਪਾਸ ਕੀਤੀ ਹੈਗੀ ਉਹਨਾਂ ਨੇ ਜੀ। ਅਤੇ ਉਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕੀਤੀ ਵੀ ਤੁਸੀਂ ਸ਼ਹਿਰ ਦੇ ਰਹਿਣੇ ਵਾਲੇ ਸੀਗੇ, ਉਹ ਤੋਂ ਬਾਅਦ ਤੁਹਾਡੀ ਜਿਹੜੀ ਮੈਰਿਜ ਹੈ ਇੱਕ ਪਿੰਡ ਦੇ ਵਿੱਚ ਹੋ ਜਾਂਦੀ ਹੈ, ਤਾਂ ਤੁਹਾਨੂੰ ਜਦੋਂ ਮਤਲਬ ਪਿੰਡ ਦੇ ਵਿੱਚ ਤੁਸੀਂ ਆਏ ਤੁਹਾਨੂੰ ਕਿੱਦਾਂ ਦਾ ਲੱਗਿਆ ਕਿ ਸ਼ਹਿਰ ਤੋਂ ਉੱਠ ਕੇ ਤੁਸੀਂ ਪਿੰਡ ਵਿੱਚ ਆਏ? ਹਾਂਜੀ, ਪਹਿਲਾਂ ਤਾਂ ਜੀ ਬਹੁਤ ਔਖਾ ਲੱਗਦਾ ਸੀਗਾ ਵੀ ਜਿਵੇਂ ਦੇਖੋ ਸ਼ਹਿਰ ਦੇ ਪਿੰਡ ਦੇ ਵਿੱਚ, ਪਿੰਡ ਇੱਕ ਪਮਾਲੀ ਪਿੰਡ ਹੈਗਾ, ਉੱਥੇ ਸਾਡੇ ਥੋੜ੍ਹਾ ਜਿਹਾ ਅਲੱਗ ਤੋਂ ਹੈਗਾ। ਇਹ ਬਰਾਲੇ ਜਿਹੜੇ ਭੋਤਨਾ ਪਿੰਡ ਦੇ ਵਿੱਚ ਮੇਰੀ ਮੈਰਿਜ ਹੈ, ਇੱਥੇ ਥੋੜ੍ਹਾ ਜਿਹਾ ਅਲੱਗ ਤੋਂ ਹੈਗਾ ਵੀ ਕੰਮ ਕਾਜ ਦਾ ਫਰਕ ਪੈਣਾ, ਹਰ ਚੀਜ਼ ਦਾ, ਰਹਿਣ ਸਹਿਣ ਦਾ, ਉਹ ਜਾਣੀ ਥੋੜ੍ਹਾ ਚਿਰ ਤਾਂ ਔਖਾ ਲੱਗਦਾ ਹੈਗਾ ਜਦੋਂ ਆਪਣੇ ਪਰਿਵਾਰ ਦੇ ਵਿੱਚ ਆਪਾਂ ਲੱਗ ਜਾਂਦਾ ਵੀ ਰੌਲ ਮਿਲ ਜਾਂਦੇ ਹਾਂ, ਉਸ ਤਰ੍ਹਾਂ ਦੀ ਚੀਜ਼ ਹੈਗੀ ਜਿਹੜੀ ਆਪਾਂ ਨੂੰ ਵਧੀਆ ਲੱਗਣਾ, ਜਿਵੇਂ ਇੱਥੇ ਰਲ ਮਿਲ ਕੇ ਰਹਿਣਾ, ਇੱਕ ਦੂਜੇ ਦੇ ਘਰ ਵਿੱਚ ਜਾਣਾ, ਉਹ ਚੀਜ਼ਾਂ ਬੜੀਆਂ ਵਧੀਆ ਲੱਗੀਆਂ ਪਿੰਡਾਂ ਦੇ ਵਿੱਚ ਆਪਾਂ ਨੂੰ ਜੀ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਤੁਸੀਂ ਮਤਲਬ ਪਿੰਡ ਦੇ ਵਿੱਚ ਆਏ ਔਰ ਪਿੰਡ ਦੇ ਵਿੱਚ ਆ ਕੇ ਜਿਹੜੇ ਤੁਸੀਂ ਅਲੱਗ ਫੀਲਡ ਅਪਣਾਇਆ, ਤਾਂ ਇਹਦਾ ਕਿੱਦਾਂ ਸਬੱਬ ਬਣਿਆ? ਇੱਕ ਤਾਂ ਪਹਿਲਾਂ ਸਾਰਾ ਸਾਨੂੰ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਤੁਸੀਂ ਕੀ ਕਰਦੇ ਹੋ ਅਲੱਗ, ਜਿਹਦੇ ਸਾਡੇ ਦਰਸ਼ਕਾਂ ਦਾ ਜੋ ਵਿਸਥਾਰ ਦੇ ਵਿੱਚ ਪਤਾ ਲੱਗ ਸਕੇ। ਹਾਂਜੀ, ਜਿਹੜਾ ਮੈਂ ਅਲੱਗ ਤੋਂ ਫੀਲਡ ਦਾ ਕੰਮ ਕਰਦੀ ਹੈਗੀ ਹਾਂ, ਇਹ ਮੈਂ ਖੇਤੀ ਵਿਰਾਸਤ ਮਿਸ਼ਨ ਸੰਸਥਾ ਦੇ ਨਾਲ ਕੰਮ ਕਰਦੀ ਹੈਗੀ, ਜਿਹੜੀ 2005 ਤੋਂ ਸ਼ੁਰੂ ਹੋਈ ਹੈ। ਇਸ ਦੇ ਜਿਹੜੇ ਮੁੱਖ ਨਿਰਦੇਸ਼ਕ ਨੇ ਸ਼੍ਰੀ ਅਮਰਿੰਦਰ ਦੱਤ ਜੀ ਨੇ,
ਇਹ ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿੰਡ ਭੋਤਨੇ ਵਿੱਚ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ। ਮੈਂ ਇੱਕ ਦੋ ਵਾਰ ਅਨਾਊਂਸਮੈਂਟ ਸੁਣੀ ਸੀ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਦੇ ਜਿਹੜੀ ਹੈਗੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ, ਅਤੇ ਉਹ ਚੀਜ਼ ਬਾਰੇ ਮੈਨੂੰ ਕੋਈ ਗਿਆਨ ਨਹੀਂ ਸੀ ਕਿ ਕੀ ਖੇਤੀ ਵਿਰਾਸਤ ਮਿਸ਼ਨ ਹੈਗੀ ਆ। ਅਤੇ ਇੱਕ ਦਿਨ ਆਪਣੇ ਬੀਬੀਆਂ ਦੀ ਮੀਟਿੰਗ ਹੋਈ ਸੀ ਪਿੰਡ ਭੋਤਨੇ ਵਿੱਚ, ਜਿਸ ਵਿੱਚ ਮੇਰੇ ਅਮਰਜੀਤ ਚਾਚੀ ਜੀ ਨੇ ਇਹ ਮੈਨੂੰ ਲੈ ਕੇ ਗਏ ਉਹ ਮੀਟਿੰਗ ਦੇ ਵਿੱਚ, ਕਿ ਮੈਨੂੰ ਉਹ ਚੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਸਭ ਜਿਵੇਂ ਉੱਥੇ ਜਿਹੜਾ ਮੀਟਿੰਗਾਂ ਦੇ ਵਿੱਚ ਅਸੀਂ ਗੱਲ ਸੁਣੀ, ਕੋਈ ਲੜਕੀ ਸੀ ਗਗਨਦੀਪ ਕੌਰ ਲੁਧਿਆਣਾ ਤੋਂ, ਮਿੰਦਰ ਰੱਤ ਜੀ ਸੀ, ਅਤੇ ਮੈਂ ਇਹ ਵੀ ਦੇਖਦੀ ਸੀ ਕਿ ਬੀਬੀਆਂ ਦਾ ਕੀ ਰੋਲ ਆ ਖੇਤੀ ਦੇ ਵਿੱਚ, ਤਾਂ ਵੀ ਕਿਸਾਨਾਂ ਦਾ ਹੀ ਕੰਮ ਹੈਗਾ। ਜਦੋਂ ਉੱਥੇ ਵੀ ਸਾਨੂੰ ਮੀਟਿੰਗ ਦੱਸਿਆ ਗਿਆ ਵੀ ਜਿਹੜੀਆਂ ਅੱਜ ਕੱਲ੍ਹ ਆਪਾਂ ਜ਼ਹਿਰਾਂ ਖਾ ਰਹੇ ਹਾਂ, ਸਬਜ਼ੀਆਂ ਖਾ ਰਹੇ ਹਾਂ, ਬਹੁਤ ਜ਼ਹਿਰਾਂ ਨੇ, ਇਹ ਜ਼ਹਿਰਾਂ ਕਾਰਨ ਦੇਖੋ ਅੱਜ ਆਪਣਾ ਜਿਹੜਾ ਪੰਜਾਬ ਆ, ਆਪਣਾ ਸਮਾਜ ਆ ਕਿੱਧਰ ਜਾ ਰਿਹਾ ਹੈਗਾ। ਵੀ ਜਿਹੜੀ ਅੱਜ ਇੱਕ ਮਾਂ ਨਾ ਉਹ ਜਾਣੇ ਵਿੱਚ ਨਾ ਆਪਣੇ ਬੱਚੇ ਨੂੰ ਥਾਲੀ ਵਿੱਚ ਜ਼ਹਿਰ ਪਰੋਸ ਕੇ ਦੇ ਰਹੀ ਆ, ਇਹ ਚੀਜ਼ਾਂ ਤੋਂ ਸਾਨੂੰ ਬੜਾ ਲੱਗਿਆ ਹੈਗਾ ਵੀ ਵਾਕਿਆ ਵੀ ਜੋ ਹੈ ਵੀ ਅਸੀਂ ਅੰਦਰ ਬੈਠੇ ਹੈ ਐਸ਼ ਆਰਾਮ ਦੀ ਜ਼ਿੰਦਗੀ ਜੀ ਰਹੇ ਹਾਂ, ਪਰ ਬੱਚਿਆਂ ਨੂੰ ਤਾਂ ਆਪਾਂ ਕਿਹੜੇ ਜ਼ਹਿਰ ਖਵਾ ਰਹੇ ਹੈਗੇ ਹਾਂਗੇ ਜੀ। ਅਤੇ ਉਸ ਤੋਂ ਬਾਅਦ ਫਿਰ ਜਦੋਂ ਤੁਹਾਨੂੰ ਇਹ ਮੰਨ ਲਓ ਜਾਣਕਾਰੀ ਮਿਲੀ, ਫਿਰ ਤੁਹਾਡਾ ਉਹ ਤੋਂ ਬਾਅਦ ਕੀ ਰਿਐਕਸ਼ਨ ਸੀਗਾ, ਫਿਰ ਉਸ ਤੋਂ ਬਾਅਦ ਜੇ ਤੁਸੀਂ ਇਸ ਮੁਕਾਮ ਵੱਲੋਂ ਤੁਰੇ ਤਾਂ ਉਹ ਕਿਸ ਤਰ੍ਹਾਂ ਸਵਾਬ ਬਣਿਆ ਜੀ? ਹਾਂਜੀ, ਉਹ ਸਵਾਬ ਬਣਿਆ ਜਿਵੇਂ ਸਾਡੇ ਅਮਰਜੀਤ ਇਹਨਾਂ ਨੇ ਕਿਹਾ ਵੀ ਤੁਸੀਂ ਘਰ ਵਿੱਚ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੋ ਕਰੋ। ਸਾਡੇ ਘਰ ਵਿੱਚ ਇੱਕ ਥੋੜ੍ਹੀ ਜਗ੍ਹਾ ਸੀ, ਅਸੀਂ ਉੱਥੇ 3 ਜਾਂ 4 ਕੁ ਸਬਜ਼ੀਆਂ ਲਗਾਈਆਂ ਜਿੰਨੀ ਜਗ੍ਹਾ ਸੀ, ਪਰ ਜਦੋਂ ਅਸੀਂ ਸਬਜ਼ੀਆਂ ਖਾਣ ਦੇ ਵਿੱਚ ਵੀ ਸਵਾਦੀ ਸੀਗੀਆਂ ਅਤੇ ਬਾਕੀ ਬਣ ਦੇ ਵਿੱਚ ਹੀ ਪਤਾ ਫਰਕ ਸੀਗਾ, ਅਤੇ ਬਾਜ਼ਾਰ ਵਾਲੀ ਅਤੇ ਘਰ ਵਾਲੀ ਸਬਜ਼ੀ ਵਿੱਚ ਕੀ ਫਰਕ ਹੈਗਾ। ਅਤੇ ਉਸ ਤੋਂ ਬਾਅਦ ਇਹ ਅਸੀਂ ਜਿਹੜੇ ਸੀ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਜੁੜੇ ਹਾਂ ਅਤੇ ਇਹ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ, ਪਹਿਲਾਂ ਅਸੀਂ ਆਪਣੇ ਪਿੰਡ ਭੋਤਨਿਆਂ ਤੋਂ ਸ਼ੁਰੂ ਕੀਤਾ, ਉਸ ਤੋਂ ਬਾਅਦ ਜਿਹੜੇ ਆਸੇ ਪਾਸੇ ਦੇ 3-4 ਪਿੰਡ ਹੈਗੇ ਅਸੀਂ ਉੱਥੇ ਸ਼ੁਰੂਆਤ ਕੀਤੀ ਹੈ ਪਿੰਡਾਂ ਦੇ ਵਿੱਚ। ਘਰ ਘਰ ਵਿੱਚ ਜਾ ਕੇ ਅਸੀਂ ਇਹ ਲੋਕਾਂ ਨੂੰ ਸੰਦੇਸ਼ਾ ਦਿੰਦੇ ਸੀਗੇ ਵੀ ਜਿਹੜੀ ਤੁਸੀਂ ਸਬਜ਼ੀ ਹੈਗੀ ਤੁਸੀਂ ਇਹ ਜਿਹੜੀ ਬਾਹਰੋਂ ਨਾ ਲੈ ਕੇ ਤੁਸੀਂ ਘਰ ਦੀ ਲਗਾਓ, ਇਹ ਲੋਕ ਮੰਨਣ ਲਈ ਤਿਆਰ ਹੀ ਨਹੀਂ ਸੀ, ਬਿਨਾਂ ਜ਼ਹਿਰ ਤਾਂ ਕੁਛ ਹੋ ਹੀ ਨਹੀਂ ਸਕਦਾ ਹੈਗਾ। ਅਤੇ ਇਸ ਕਰਕੇ ਸਾਨੂੰ ਬਹੁਤ ਜਿਹੜੀ ਸਮੱਸਿਆ ਆਉਂਦੀ ਸੀਗੀ, ਫਿਰ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਕਿ ਪੁਰਾਣੇ ਸਮੇਂ ਵਿੱਚ ਕੀ ਬਿਮਾਰੀਆਂ ਸੀ, ਕਹਿੰਦੇ ਸੀ ਨਹੀਂ ਸੀ ਬਿਮਾਰੀਆਂ ਵੀ ਨਹੀਂ ਸੀ, ਕੋਈ ਕਰਜ਼ਾ ਵੀ ਨਹੀਂ ਸੀ, ਪਰ ਅੱਜ ਇੰਨੇ ਬਿਮਾਰੀਆਂ ਕਿਉਂ ਹੋ ਰਹੀਆਂ? ਬਜ਼ੁਰਗਾਂ ਤੋਂ ਪੁੱਛਿਆ ਜਾਂਦਾ ਸੀ ਕਿ ਬਜ਼ੁਰਗਾਂ ਦਾ ਕਹਿਣਾ ਸੀ ਕਿ ਵੀ ਜੋ ਅੱਜ ਕੱਲ੍ਹ ਆਪਾਂ ਜ਼ਹਿਰਾਂ ਖਾ ਰਹੇ ਹਾਂ ਅਤੇ ਆਪਣੇ ਖਾਣੇ ਮਾੜੇ ਹਨ, ਉਹਨਾਂ ਨਾਲ ਜਿਹੜੀਆਂ ਆਪਾਂ ਨੂੰ ਬਿਮਾਰੀਆਂ ਹੁੰਦੀਆਂ ਹਨ, ਅਤੇ ਇਸ ਕਰਕੇ ਅਸੀਂ ਘਰ ਘਰ ਵਿੱਚ ਜਾ ਕੇ ਜਿਹੜੀ ਅਸੀਂ ਸ਼ੁਰੂਆਤ ਕੀਤੀ ਹੈਗੀ ਆ ਬੀਬੀਆਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਸੀ ਜੀ। ਅਤੇ ਜਿਸ ਤਰ੍ਹਾਂ ਦੇਖਿਆ ਜਾਵੇ ਵੀ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਵੀ ਹੈ ਉਹ ਵੀ ਬਿਨਾਂ ਸੋਚੇ ਸਮਝੇ ਜਿਹੜੇ ਖੇਤੀ ਕਰਦੇ, ਕੋਈ ਟ੍ਰੇਨਿੰਗ ਨਹੀਂ ਲੈਂਦੇ, ਅਤੇ ਪਰ ਜਿਸ ਤਰ੍ਹਾਂ ਤੁਸੀਂ ਜਦੋਂ ਇਹ ਮੰਨ ਲਓ ਤੁਹਾਡੇ ਕੋਲ ਉਹ ਸੰਸਥਾ ਵਾਲੇ ਆਏ, ਉਹਨਾਂ ਨੇ ਤੁਹਾਨੂੰ ਟ੍ਰੇਨਿੰਗ ਦਿੱਤੀ ਤਾਂ ਤੁਹਾਨੂੰ ਕੁਛ ਪਤਾ ਲੱਗਿਆ, ਉਹ ਤੋਂ ਬਾਅਦ ਤੁਹਾਨੂੰ ਕਿੱਦਾਂ ਦਾ ਲੱਗਿਆ ਵੀ ਅਤੇ ਤੁਸੀਂ ਫਿਰ ਕੀ ਕੀਤਾ? ਹਾਂਜੀ, ਸਾਨੂੰ ਜਦੋਂ ਸੰਸਥਾ ਵਾਲੇ ਨੇ ਟ੍ਰੇਨਿੰਗ ਦਿੱਤੀ ਆ ਵੀ ਜਿਹੜਾ ਆਪਾਂ ਬੇਲੋੜੀ ਆਪਾਂ ਜ਼ਹਿਰਾ ਪਾ ਦਿੰਦੇ ਹਾਂ, ਕਦੀ ਆਪਾਂ ਖੇਤ ਵੇਖਿਆ ਨਹੀਂ ਜਾ ਕੇ ਕਿ ਉਹ 'ਤੇ ਜ਼ਰੂਰਤ ਹੈ ਜਾਂ ਨਹੀਂ ਹੈਗੀ ਆ, ਆਪਾਂ ਦੇਖ ਲੈਂਦੇ ਹਾਂ ਕਿ ਇੱਕ ਕੀੜਾ ਆ ਗਿਆ, ਉਹ ਆਪਾਂ ਉਹਨੂੰ ਦੇਖਦੇ ਨਹੀਂ ਕਿ ਕੀੜਾ ਆਪਣਾ ਆਪਣੇ ਲਈ ਜਿਹੜਾ ਮਿੱਤਰ ਕੀੜਾ ਹੈ ਜਾਂ ਕੀ ਹੈ, ਉਹ ਤਾਂ ਆਪਾਂ ਦੇਖ ਆਪਾਂ ਨੇ ਜਿਹੜੀ ਜ਼ਹਿਰ ਪਾ ਦਿੰਦੇ ਹਾਂ, ਨਾਲੇ ਤਾਂ ਜਿਹੜਾ ਆਪਾਂ ਕੀੜੇ ਜੀਵ ਜੰਤੂ ਨੂੰ ਆਪਾਂ ਮਾਰਦੇ ਹੈਗੇ ਹਾਂ ਕਿ ਉੱਥੇ ਅਮਿੰਦਰ ਜੀ ਨੇ ਦੱਸਿਆ ਕਿ ਜਿਹੜੇ ਜੀਵ ਜੰਤੂ ਆਪਾਂ ਨੂੰ ਮਾਰਨ ਦਾ ਉਹਦਾ ਕੋਈ ਹੱਕ ਨਹੀਂ ਹੈਗਾ, ਕਿਉਂਕਿ ਜਿਹੜੇ ਕੀੜੇ ਹੈਗੇ ਉਹ ਆਪਾਂ ਤੋਂ ਪਹਿਲਾਂ ਤੋਂ ਆਏ ਹੋਏ ਹਨ। ਅਤੇ ਫਿਰ ਵੀ ਆਪਾਂ ਦੇਖਿਆ ਜਾਵੇ ਜਿੱਦਾਂ ਕਿ ਤੁਸੀਂ ਇਸ ਤੁਹਾਨੂੰ ਮਨ ਨੂੰ ਇਹ ਗੱਲ ਲੱਗੀ, ਤੁਸੀਂ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਪਹਿਲੀ ਗੱਲ ਤਾਂ ਮੈਂ ਜਿੱਦਾਂ ਕੀਤੀ ਵੀ ਮਰਦ ਸਮਾਜ ਸਾਡਾ ਜਿਹੜਾ ਸਮਾਜ ਹੈਗਾ, ਮਰਦ ਪ੍ਰਧਾਨ ਸਮਾਜ ਹੈਗਾ ਆ, ਉਹ ਮੰਨਣ ਲਈ ਤਿਆਰ ਨਹੀਂ ਹੁੰਦਾ। ਫਿਰ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਵੀ ਸਿਆਣਿਆਂ ਨੂੰ ਜਦ ਅਸੀਂ ਸਮਝਾਉਂਦੇ ਸੀਗੇ ਤਾਂ ਫਿਰ ਉਹ ਮੰਨਦੇ ਨਹੀਂ ਸੀਗੇ, ਫਿਰ ਤੁਸੀਂ ਉਹਨਾਂ ਨੂੰ ਤਰਕ ਨਾਲ ਸਮਝਾਇਆ, ਤਾਂ ਉਹਦਾ ਕੀ ਰਿਐਕਸ਼ਨ ਸੀਗਾ ਲੋਕਾਂ ਦਾ? ਹਾਂਜੀ, ਉਹਦਾ ਰਿਐਕਸ਼ਨ ਸਾਨੂੰ ਬਹੁਤ ਵਧੀਆ ਹੈਗਾ। ਜਦੋਂ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਪਿਛਲੇ ਜ਼ਮਾਨੇ, ਅਸੀਂ ਉਹਨਾਂ ਤੋਂ ਪੁੱਛਿਆ ਗਿਆ ਵੀ ਬਾਬਾ ਜੀ ਸਾਨੂੰ ਜਾਣਕਾਰੀ ਦਿਓ ਕਿ ਪਹਿਲਾਂ ਤੁਸੀਂ ਖੇਤੀ ਕਿਵੇਂ ਕਰਦੇ ਸੀਗੇ, ਅਤੇ ਉਹ ਕਹਿੰਦੇ ਸੀਗੇ ਵੀ ਅੱਜ ਕੱਲ੍ਹ ਜਿਹੜਾ ਹੈਗਾ ਵੀ ਬੱਚਿਆਂ ਨੂੰ ਵੀ ਪੈਸੇ ਦੀ ਦੌੜ ਹੈਗੀ ਆ,
ਬਾਕੀ ਆਪਣੇ ਖੇਤਾਂ ਵਿੱਚ ਮਸ਼ੀਨਾਂ ਆ ਗਈਆਂ ਨੇ, ਕੋਈ ਹੱਥੀਂ ਕੰਮ ਨਹੀਂ ਕਰਦਾ ਹੈ। ਪਹਿਲੇ ਅਸੀਂ ਹੱਥੀਂ ਕੰਮ ਕਰਦੇ ਸੀ, ਕੋਈ ਜ਼ਹਿਰ ਨਹੀਂ ਸੀ ਪਾਉਂਦੇ ਅਤੇ ਕੋਈ ਸਰੀਰ ਨੂੰ ਜਿਹੜੇ ਹੈਗੇ ਕੋਈ ਰੋਗ ਵੀ ਨਹੀਂ ਸੀ ਹੁੰਦੇ। ਅੱਜ ਕੱਲ੍ਹ ਤੁਸੀਂ ਦੇਖੋ ਆਪਾਂ ਕੰਮ ਵੀ ਛੱਡਤੇ, ਆਪਾਂ ਝਾੜ ਵੀ ਵਧਾ ਲਿਆ ਅਤੇ ਆਪਣੇ ਸਿਰ ਕਰਜ਼ਾ ਵੀ ਹੋ ਗਿਆ ਅਤੇ ਕਿਸਾਨ ਆ ਜਿਹੜਾ ਖੁਦਕਸ਼ੀ ਵੀ ਕਰਦਾ ਹੈਗਾ ਜੀ। ਅਤੇ ਫਿਰ ਇੱਕ ਮੰਨ ਲਓ ਇਹ ਤਾਂ ਹੋ ਗਈ ਬਾਹਰ ਦੇ, ਜਦੋਂ ਸਮਾਜ ਦੇ ਵਿੱਚ ਤੁਸੀਂ ਜਾਂਦੇ ਜਾਂ ਬਾਹਰ ਲੋਕਾਂ ਨਾਲ ਗੱਲ ਕਰਦੇ ਹੋ, ਉਹਨਾਂ ਦਾ ਰਿਐਕਸ਼ਨ, ਇੱਕ ਘਰਦਿਆਂ ਦਾ ਰਿਐਕਸ਼ਨ ਵੀ ਹੁੰਦਾ ਕਿ ਤੁਹਾਨੂੰ ਉਹਦੇ ਵਿੱਚ ਸਾਥ ਮਿਲਿਆ ਵੀ ਤੁਸੀਂ ਕੀ ਕਰਦੇ ਜਾਂ ਕਰਨਾ ਚਾਹੀਦਾ ਕਿੱਦਾਂ? ਹਾਂਜੀ, ਜਿਹੜਾ ਘਰ ਦੇ ਸਾਥੀ ਥੋੜ੍ਹੀ ਜਿਹੀ ਤਾਂ ਜੀ ਘਰ ਦੇ ਵਿੱਚੋਂ ਮੈਨੂੰ ਸਮੱਸਿਆ ਆਈ ਹੈਗੀ ਆ, ਕਿਉਂਕਿ ਜਿਹੜਾ ਪਿੰਡਾਂ ਦਾ ਜਿਹੜਾ ਮਾਹੌਲ ਹੁੰਦਾ ਕਿ ਤੂੰ ਰੋਜ਼ ਜਾਂਦੀ ਆ ਤੈਲਾ ਚੱਕ ਕੇ ਪਿੰਡਾਂ ਘਰ ਘਰ ਤੁਰੀ ਫਿਰਦੀ ਆ, ਉਹ ਥੋੜ੍ਹਾ ਜਿਹਾ ਵੀ ਮੇਰੇ ਘਰ ਵਿੱਚ ਸਮੱਸਿਆ ਆਈ ਸੀਗੀ। ਅਤੇ ਮੈਂ ਇਹਨਾਂ ਨੂੰ ਆਪਣੇ ਹਸਬੈਂਡ ਦੇ ਨਾਲ ਇਹਨਾਂ ਨੂੰ ਲਿਜਾਣਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਇੱਕ ਡੇਢ ਸਾਲ ਤਾਂ ਮੈਨੂੰ ਥੋੜ੍ਹੀ ਜਿਹੀ ਸਮੱਸਿਆ ਆਈ ਹੈ, ਮੈਨੂੰ ਕੋਈ ਛੱਡ ਕੇ ਵੀ ਨਹੀਂ ਸਿਆਉਂਦਾ, ਜਿਵੇਂ ਕਿ ਪਿੰਡ ਚੁੰਘਾ ਹੈਗੇ 2 ਕਿਲੋਮੀਟਰ ਦੇ ਹੈਗਾ, ਉੱਥੇ ਮੈਂ ਪੈਦਲੀ ਚਲੀ ਜਾਂਦੀ ਸੀਗੀ, ਪੈਦਲੀ ਜਾਣਾ ਪੈਦਲੀ ਆਉਣਾ, ਬਖਤਗੜ੍ਹ ਪਿੰਡ ਦੇ ਵਿੱਚ ਹੀ ਪੈਦਲੀ ਆਉਣਾ। ਇਹ ਮੈਨੂੰ ਕਹਿੰਦੇ ਸੀਗੇ ਕਿ ਤੂੰ ਰਹਿਣ ਦੇ ਕਿ ਕੰਮ ਹੈਗਾ ਤੂੰ ਵੀ, ਲੋਕ ਕਹਿੰਦੇ ਕਿ ਚੋਲਾ ਚੱਕਦੀ ਰੋਜ਼ ਚਲੀ ਜਾਂਦੀ ਘਰ ਘਰ ਤੁਰੀ ਫਿਰਦੀ ਹੈਗੀ ਆ। ਅਤੇ 1 ਸਾਲ ਦੇ ਵਿੱਚ 2 ਸਾਲ ਦੇ ਵਿੱਚ ਥੋੜ੍ਹਾ ਜਿਹਾ ਮੈਨੂੰ ਥੋੜ੍ਹੀ ਜਿਹੀ ਸਮੱਸਿਆ ਆਈ ਹੈਗੀ ਆ। ਉਸ ਤੋਂ ਬਾਅਦ ਜਿਵੇਂ ਕਿ ਹੁਣ ਮੈਂ ਬਾਹਰ ਨਿਕਲੀ ਹਾਂ, ਮੈਨੂੰ ਉਹ ਮਾਨ ਸਨਮਾਨ ਮਿਲਿਆ, ਜਿਹੜੇ ਮੇਰੇ ਹਸਬੈਂਡ ਆ ਮੇਰੇ ਪਰਿਵਾਰ ਹੈਗਾ ਮੇਰੇ ਨਾਲ ਬਹੁਤ ਜ਼ਿਆਦਾ ਜਿਹੜੇ ਸਾਥ ਦੇਣ ਲੱਗੇ ਹੁਣ। ਅਤੇ ਉਸ ਤੋਂ ਬਾਅਦ ਜਦੋਂ ਹੁਣ ਤੁਸੀਂ ਇਹ ਮੁਕਾਮ ਤੋਂ ਤੁਹਾਨੂੰ ਸਨਮਾਨ ਵੀ ਮਿਲਣ ਲੱਗ ਪਿਆ, ਲੋਕ ਤੁਹਾਡੀ ਗੱਲ ਵੀ ਸੁਣਨ ਲੱਗ ਪਏ ਆ, ਤਾਂ ਹੁਣ ਤੁਸੀਂ ਜਿਹੜਾ ਤੁਹਾਡਾ ਇਹ ਮਿਸ਼ਨ ਹੈ, ਤੁਹਾਡੀ ਜਿਹੜੀ ਸੋਚ ਹੈ ਇਸ ਚੀਜ਼ ਨੂੰ ਲੈ ਕੇ ਚੱਲੇਗੀ, ਤਾਂ ਇਹ ਕਿੱਥੇ ਕੁ ਤੱਕ ਫੈਲ ਚੁੱਕੀ ਹੈ ਵੀ ਸਾਨੂੰ ਥੋੜ੍ਹਾ ਦੱਸਿਆ ਜਾਵੇ? ਹਾਂਜੀ, ਜਿਹੜੀ ਆਪਣਾ ਇਹ ਮਿਸ਼ਨ ਦੀ ਹੈਗੀ ਨਾ, ਇਹ ਆਪਣੀ ਜਿਹੜੀ ਗੱਲ ਹੈਗੀ ਆ ਬਹੁਤ ਫੈਲ ਚੁੱਕੀ ਹੈ। ਜਿਵੇਂ ਕਿ ਹੁਣ ਮੈਂ 24 ਪਿੰਡ ਇਸ ਵਕਤ ਕਵਰ ਕਰਦੀ ਹਾਂ, ਮੈਂ ਦੇਖਦੇ 24 ਪਿੰਡਾਂ ਤੋਂ ਸਿਵਾਏ ਵੀ ਜਿਹੜੇ ਆਪਾਂ ਬੀਬੀਆਂ ਕਿਚਨ ਗਾਰਡਨ ਕਰਦੀਆਂ ਨੇ ਉਹ ਅੱਗੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੀਆਂ ਨੇ, ਗਾਹਾਂ ਆਪਣੇ ਹੋਰ ਵੀ ਦੱਸਦੀਆਂ ਨੇ ਹੈਗੀਆਂ ਕਿ ਵੀ ਸਾਡੇ ਪਿੰਡ ਵਿੱਚ ਇਸ ਤਰ੍ਹਾਂ ਖੇਤੀ ਵਿਰਾਸਤ ਮਿਸ਼ਨ ਵਾਲੇ ਆਉਂਦੇ ਹੈਗੇ, ਸਾਨੂੰ ਜਿਹੜੇ ਬਿਨਾਂ ਜ਼ਹਿਰਾਂ ਤੋਂ ਹੈਗੇ ਉਹ ਜਾਣਕਾਰੀ ਦਿੰਦੇ ਹੈਗੇ ਨੇ। ਇਸ ਤਰ੍ਹਾਂ ਕਰਕੇ ਜਿਹੜੀ ਹੈਗੀ ਆਪਣੀ ਗੱਲ ਹੈਗੀ ਅੱਗੇ ਬਹੁਤ ਫੈਲ ਰਹੀ ਹੈ ਅਤੇ ਲੋਕ ਇਸ ਚੀਜ਼ ਤੋਂ ਜਾਗਰਤ ਵੀ ਬਹੁਤ ਹੋਏ ਨੇ ਜੀ। ਅਤੇ ਅਸੀਂ ਇਹ ਵੀ ਚਾਹਾਂਗੇ ਵੀ ਥੋੜ੍ਹਾ ਜਿਹਾ ਜਿਹੜਾ ਖੇਤੀ ਵਿਰਾਸਤ ਮਿਸ਼ਨ ਦੀ ਤੁਸੀਂ ਗੱਲ ਕਰਦੇ ਪਏ ਆ, ਸੰਸਥਾ ਦੀ ਗੱਲ ਕਰਦੇ ਪਏ ਆ, ਸਾਡੇ ਇਸ ਮਾਧਿਅਮ ਦੇ ਰਾਹੀਂ ਤੁਸੀਂ ਇਹਦੇ ਬਾਰੇ ਵੀ ਪੂਰਾ ਦੱਸੋ ਵੀ ਇਹ ਸੰਸਥਾ ਕਿੱਥੇ ਕਿੱਥੇ ਕਿਹਨਾਂ ਕਿਹਨਾਂ ਪਿੰਡਾਂ ਦੇ ਵਿੱਚ ਜਿਹੜੀ ਉਹ ਕੰਮ ਕਰਦੀ ਹੈ ਜੀ? ਹਾਂਜੀ, ਜਿਹੜੀ ਇਹ ਖੇਤੀ ਵਿਰਾਸਤ ਮਿਸ਼ਨ ਸੰਸਥਾ ਹੈਗੀ ਜੀ, ਇਹ ਵੈਸੇ ਤਾਂ ਪੂਰੇ ਪੰਜਾਬ ਵਿੱਚ ਹੀ ਕੰਮ ਕਰਦੀ ਹੈਗੀ ਆ। ਜਿਹੜਾ ਮੇਨ ਕੰਮ ਹੈਗਾ ਨਾ ਸਾਡਾ ਫਰੀਦਕੋਟ ਜ਼ਿਲ੍ਹਾ ਔਰ ਬਰਨਾਲਾ ਜ਼ਿਲ੍ਹਾ, ਇਹਨਾਂ 2 ਜ਼ਿਲ੍ਹਿਆਂ ਵਿੱਚ ਜਿਹੜਾ ਹੈਗਾ 24 ਪਿੰਡਾਂ ਦੇ ਵਿੱਚ ਜਿਹੜਾ ਕੰਮ ਕਰਦੇ ਨੇ ਕਿਚਨ ਗਾਰਡਨ 'ਤੇ। ਜਿਹੜਾ ਇਹ ਹੈੱਡ ਆਫਿਸ ਹੈਗਾ ਸਾਡਾ ਜੈਤੋ ਦੇ ਵਿੱਚ ਹੈਗਾ ਆਰਮੀ ਦੇ ਵਿੱਚ, ਇਹ 2 ਜ਼ਿਲ੍ਹਿਆਂ ਵਿੱਚ ਹੋ ਕੇ ਅਤੇ ਕਿਚਨ ਗਾਰਡਨ ਦਾ ਅਤੇ ਹੋਰ ਸਾਰੇ ਪੰਜਾਬ ਦੇ ਵਿੱਚ ਹੈਗਾ ਜਿਹੜਾ ਕਿਸਾਨਾਂ ਨਾਲ ਕੰਮ ਕਰਦੇ ਹੈਗੇ ਨੇ ਜੀ। ਅਤੇ ਇਹ ਥੋੜ੍ਹਾ ਖੇਤੀ ਵਿਰਾਸਤ ਮਿਸ਼ਨ ਬਾਰੇ ਵੀ ਦੱਸੋ ਕਿ ਜਿਹੜੀ ਇਹ ਸੰਸਥਾ ਸੈਂਟਰ ਗੌਰਮੈਂਟ ਦੀ ਹੈਗੀ ਹੈ ਜਾਂ ਪੰਜਾਬ ਗੌਰਮੈਂਟ ਦੀ ਹੈਗੀ, ਔਰ ਇਹ ਕਿਚਨ ਗਾਰਡਨ ਦੇ ਵਿੱਚ ਕੀ ਹੈਲਪ ਕਰਦੇ ਨੇ, ਇਹ ਵੀ ਥੋੜ੍ਹਾ ਦੱਸੋ। ਹਾਂਜੀ, ਜਿਹੜੀ ਇਹ ਸੰਸਥਾ ਹੈਗੀ ਕੋਈ ਗੌਰਮੈਂਟ ਦੀ ਕੋਈ ਸੈਂਟਰ ਦੀ ਨਹੀਂ ਹੈਗੀ, ਇਹ ਇੱਕ ਆਮ ਸੰਸਥਾ ਹੈਗੀ ਜਿਹੜੀ ਆਪਣੇ ਵੀ ਥੋੜ੍ਹਾ ਜਿਹਾ ਵੀ ਆਪਣੇ ਫੰਡ 'ਤੇ ਚੱਲਦੀ ਹੈਗੀ ਆ, ਵੀ ਹੋਰ ਇਹਦੇ ਵਿੱਚ ਕੋਈ ਸਰਕਾਰ ਦਾ ਲੈਣ ਦੇਣ ਨਹੀਂ ਹੈਗਾ ਜੀ। ਅਤੇ ਇਹ ਜਿਹੜੀ ਸੰਸਥਾ ਆ ਕਿਸ ਤਰ੍ਹਾਂ ਲੋਕਾਂ ਕੋਲੋਂ ਫੰਡ ਇਕੱਠਾ ਕਰਦੀ ਹੈ ਜਾਂ ਕਿਸ ਤਰ੍ਹਾਂ ਉਹਨਾਂ ਕੋਲ ਆਉਂਦਾ ਅਤੇ ਫਿਰ ਉਹਦੇ ਬਾਅਦ ਲੋਕਾਂ ਨੂੰ ਕਿੱਦਾਂ ਹੈਲਪ ਕਰਦੇ ਉਹਦੇ ਵਿੱਚ? ਹਾਂਜੀ, ਜਿਹੜਾ ਇਹ ਆਪਣੇ ਸੰਸਥਾ ਫੰਡ ਹੈਗਾ, ਜਿਵੇਂ ਆਪਣੇ ਅਮੈਰੀਕਾ ਵਿੱਚ ਆਪਣੇ ਰਹਿੰਦੇ ਇੰਡੀਆ ਦੇ NRI ਵੀ ਹੈਗੇ ਨੇ, ਉਹਨਾਂ ਨੂੰ ਉੱਥੇ ਬੈਠਿਆਂ ਨੂੰ ਜਿਹੜੀ ਹੈਗੀ ਵੀ ਚਿੰਤਾ ਹੈਗੀ ਪੰਜਾਬ ਦੀ ਕਿ ਜਿਹੜਾ ਸਾਡਾ ਪੰਜਾਬ ਹੈਗਾ ਕਿੱਧਰ ਇਹ ਜਾ ਰਿਹਾ ਹੈ, ਸਾਡੇ ਪੰਜਾਬ ਜਿਹੜਾ ਬੱਚਾ ਬਿਮਾਰੀ 'ਤੇ ਜਾ ਰਿਹਾ ਹੈ, ਉਹ ਜਿਹੜੇ NRI ਵੀਰ ਹੈਗੇ ਨੇ ਉਹ ਸਾਨੂੰ ਜਿਹੜੇ ਹੈਗੇ ਨੇ ਸਹਾਇਤਾ ਕਰਦੇ ਹੈਗੇ ਨੇ ਜੀ। ਅਤੇ ਫਿਰ ਆਪਾਂ
ਅਗਲੀ ਗੱਲ ਸਾਡੀ ਆ ਜਾਂਦੀ ਹੈ ਵੀ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਸਾਰੇ NRI ਵੀਰ ਵੀ ਤੁਹਾਡੀ ਸਹਾਇਤਾ ਕਰਦੇ ਆ ਅਤੇ ਹੋਰ ਵੀ ਜਿਹੜੇ ਲੋਕ ਤੁਸੀਂ ਮਿਲ ਕੇ, ਹੁਣ ਥੋੜ੍ਹੇ ਸਾਨੂੰ ਇਹ ਦੱਸੋ ਵੀ ਜਦੋਂ ਵੀ ਤੁਸੀਂ ਪਿੰਡਾਂ ਦੇ ਵਿੱਚ ਜਾਂ ਕਿਸ ਤਰ੍ਹਾਂ ਕੋਈ ਗਰੁੱਪ ਬਣਾਉਂਦੇ ਹੋ ਜਾਂ ਕਿਸ ਤਰ੍ਹਾਂ ਇਹ ਸੰਸਥਾ ਦੀ ਚੋਣ ਕਿਸ ਤਰ੍ਹਾਂ ਕਰਦੇ ਆ ਅਤੇ ਫਿਰ ਉਸ ਤੋਂ ਬਾਅਦ ਕੰਮ ਟ੍ਰੇਨਿੰਗਸ ਕਿਸ ਤਰ੍ਹਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਅਤੇ ਮਤਲਬ ਬੀਆਂ ਬਾਰੇ ਜਾਂ ਉਹਦੇ ਬਾਰੇ ਖੇਤੀ ਕਿਸ ਤਰ੍ਹਾਂ ਕਰਨੀ, ਕਿਸ ਤਰ੍ਹਾਂ ਗਾਈਡ ਕਰਦੇ ਹੋ? ਹਾਂਜੀ, ਪਹਿਲਾਂ ਤਾਂ ਦੇਖੋ ਜੀ ਆਪਣੇ ਹੁਣ ਤਾਂ ਵੀ ਸਾਨੂੰ ਅਸੀਂ ਪਹਿਲਾਂ ਘਰ ਘਰ ਵਿੱਚ ਜਦੋਂ ਅਸੀਂ ਕਿਸੇ ਨਵੇਂ ਪਿੰਡ ਵਿੱਚ ਜਾਣਾ ਹੁੰਦਾ ਪਹਿਲਾਂ ਅਸੀਂ ਸਰਪੰਚ ਸਾਹਿਬ ਨੂੰ ਮਿਲਦੇ ਹਾਂ, ਉਸ ਤੋਂ ਬਾਅਦ ਅਸੀਂ ਪਿੰਡਾਂ ਵਿੱਚ ਜਿਹੜੇ ਘਰ ਘਰ ਜਾ ਕੇ ਸਰਵੇ ਕਰਦੇ ਹਾਂ ਅਤੇ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਜਿਹਨੂੰ ਵਧੀਆ ਗੱਲ ਲੱਗਦੀ ਹੈਗੀ ਆ ਉੱਥੇ ਮੀਟਿੰਗ ਵਿੱਚ ਖੁਦ ਹੀ ਉਹ ਸਾਨੂੰ ਬੁਲਾ ਦਿੰਦੇ ਹੈਗੇ ਆ ਵੀ ਸਾਡੇ ਪਿੰਡ ਵਿੱਚ ਜਿਹੜੀ ਮੀਟਿੰਗ ਕਰਕੇ ਜਾਵੋ, ਜਿਹੜੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਬਗੀਚੀ ਲਗਾਉਣੀ ਹੁੰਦੀ ਆ, ਬਗੀਚੀ ਦੇ ਉੱਤੇ ਕੀ ਪਾਉਣਾ ਹੈਗਾ ਜਾਂ ਬੀਜਾਂ ਬਾਰੇ ਹੁੰਦੀ ਆ, ਉਹ ਸਾਨੂੰ ਉੱਥੇ ਬੁਲਾ ਲੈਂਦੇ, ਅਸੀਂ ਇੱਕ ਗਰੁੱਪ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੂੰ ਟ੍ਰੇਨਿੰਗ ਦੇ ਦਿੰਦੇ ਹਾਂ। ਅਤੇ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਹੁਣ ਸਮਾਂ ਹੋ ਗਿਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਦਾ। ਦਰਸ਼ਕੋ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਫਰੇ ਜ਼ਿੰਦਗੀ ਅਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਮਲਜੀਤ ਕੌਰ ਦੀ ਜ਼ਿੰਦਗੀ ਦੇ ਉੱਤੇ। ਕਮਲਜੀਤ ਕੌਰ ਜੀ, ਅਸੀਂ ਗੱਲਾਂ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਅਤੇ ਹੁਣ ਅਸੀਂ ਤੁਹਾਡਾ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਕਿਚਨ ਗਾਰਡਨ ਦੇ ਉੱਤੇ ਕੰਮ ਕਰਦੇ ਹਾਂ, ਲੋਕਾਂ ਨੂੰ ਵੀ ਗਾਈਡ ਕਰਦੇ ਹਾਂ, ਇੱਕ ਸਾਨੂੰ ਇਹ ਜ਼ਰੂਰ ਦੱਸੋ ਵੀ ਕਿਚਨ ਗਾਰਡਨ ਦੇ ਵਿੱਚ ਅਸੀਂ ਕੀ ਉਗਾ ਸਕਦੇ ਹਾਂ ਜਿਹੜੇ ਸਾਡੇ ਰੋਜ਼ਮਰ੍ਹਾ ਦੇ ਵਿੱਚ ਕੰਮ ਆ ਸਕੇ? ਹਾਂਜੀ, ਦੇਖੋ ਜੀ, ਜਿਵੇਂ ਕਿਚਨ ਗਾਰਡਨ ਦੇ ਵਿੱਚ ਆਪਾਂ ਰੁੱਤ ਮੁਤਾਬਕ ਸਬਜ਼ੀਆਂ ਜਿਵੇਂ ਹੁਣ ਆਪਣੇ ਸਰਦੀਆਂ ਆ ਰਹੀਆਂ ਦੇ ਇਹਦੇ ਵਿੱਚ ਮੇਥੀ, ਪਾਲਕ, ਗਾਜਰਾਂ, ਮੂਲੀਆਂ, ਸਲਗਮ, ਗੋਭੀ ਔਰ ਬਰੋਕਲੀ ਜਿਵੇਂ ਹੁੰਦੀ ਹੈਗੀ, ਹਰ ਚੀਜ਼ ਦੀ ਜਿਹੜੀਆਂ ਹੈਗੀਆਂ ਆਪਾਂ ਜਿਹੜੀਆਂ 16 ਤੋਂ 17 ਜਿਹੜੀਆਂ ਵਰਾਇਟੀਆਂ ਆਪਾਂ ਉੱਥੇ ਇਸ ਕਿਚਨ ਗਾਰਡਨ ਦੇ ਵਿੱਚ ਲਗਾ ਸਕਦੇ ਹੈਗੇ ਹਾਂਗੇ। ਅਤੇ ਜਿਸ ਤਰ੍ਹਾਂ ਦੇਖਿਆ ਜਾਂਦਾ ਜੀ ਕਿਚਨ ਗਾਰਡਨ ਦੇ ਵਿੱਚ ਵੀ ਜਾਂ ਆਪਾਂ ਖੇਤਾਂ ਦੀ ਵੀ ਗੱਲ ਕਰਦੇ ਹਾਂ ਵੀ ਅੱਜ ਕੱਲ੍ਹ ਜਿਹੜੀਆਂ ਜ਼ਹਿਰਾਂ ਬਹੁਤ ਵੱਧ ਗਈਆਂ, ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਦਾ ਛਿੜਕਾਅ ਕਰਨਾ ਪੈਂਦਾ, ਪਰ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਵੀ ਕੋਈ ਲੋੜ ਨਹੀਂ ਪੈਂਦੀ, ਜੈਵਿਕ ਤੌਰ 'ਤੇ ਤੁਸੀਂ ਉਹ ਉਗਾਉਂਦੇ ਹੋ ਤਾਂ ਫਿਰ ਉਹ ਸਮੱਸਿਆ ਨਹੀਂ ਆਉਂਦੀਆਂ, ਤਾਂ ਇਹ ਜ਼ਹਿਰਾਂ ਦਾ ਬਿਨਾਂ ਕਿਸ ਤਰ੍ਹਾਂ ਉਗਾਈਆਂ ਜਾ ਸਕਦੀਆਂ ਨੇ? ਹਾਂਜੀ, ਜਿਹੜੇ ਦੇਖੋ ਜਿਹੜੇ ਆਪਣੇ ਜ਼ਹਿਰਾਂ ਦੀ ਗੱਲ ਹੈਗੀ ਆ, ਇਹ ਤਾਂ ਜੀ ਵਾਧੂ ਇੱਕ ਹਊਆ ਬਣਾਇਆ ਹੋਇਆ ਆਪਣੇ ਵੀ ਜ਼ਹਿਰਾਂ ਪਾਵਾਂਗੇ ਤਾਂ ਕੋਈ ਸਬਜ਼ੀ ਹੋਊਗੀ ਜਾਂ ਫਸਲ ਹੋਊਗੀ। ਪਹਿਲੀ ਤਾਂ ਗੱਲ ਤਾਂ ਵੀ ਜੇ ਆਪਾਂ ਕਿਚਨ ਗਾਰਡਨ ਦੇ ਵਿੱਚ ਆਪਾਂ ਸਬਜ਼ੀ ਲਗਾਈ ਆ ਉਹਨੂੰ ਪੂਰੀ ਆਪਾਂ ਤਰੀਕੇ ਨਾਲ ਲਗਾਈਏ ਵੀ ਉਹਨੂੰ ਜਿਹੜੇ ਸੰਘਣੀ ਨਾ ਹੋ ਕੇ ਥੋੜ੍ਹਾ ਜਿਹਾ ਫਾਸਲਿਆਂ ਲਗਾਈ ਜਾਵੇ, ਉਹਦੇ 'ਚ ਕੀੜਿਆਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ। ਬਾਕੀ ਜੇ ਆਪਣੇ ਕੋਲ ਕੀੜਿਆਂ ਦੀ ਸਮੱਸਿਆ ਆਉਂਦੀ ਹੈਗੀ ਆ, ਆਪਾਂ ਨੂੰ ਕੀੜਿਆਂ ਦੀ ਪਹਿਚਾਣ ਹੋਣੀ ਚਾਹੀਦੀ ਹੈਗੀ ਆ ਵੀ ਉਹਦੇ ਵਿੱਚ ਜਿਹੜੇ ਕੀੜੇ ਆਉਂਦੇ ਆ ਵੀ ਉਹ ਆਪਣੇ ਨੁਕਸਾਨ ਕਰਦੇ ਆ ਜਾਂ ਵੀ ਆਪਣਾ ਫਾਇਦਾ ਕਰਦੇ ਹੈਗੇ ਆ, ਕਿਉਂਕਿ ਜਿਹੜਾ ਫਾਇਦੇ ਵਾਲਾ ਕੀੜਾ ਜਿਵੇਂ ਕੋਣ ਆਪਣੇ ਲੇਡੀ ਬੀਟਲ ਆ ਜਾਊਗੀ, ਹੱਥ ਜੋੜ ਆ ਜਾਊਗਾ, ਆਪਣੇ ਕਾਰਸੀਆ ਵਗੈਰਾ ਆ ਜਾਊਗਾ, ਇਹ ਚੀਜ਼ਾਂ ਦੀ ਕੀੜਿਆਂ ਦੀ ਆਪਾਂ ਨੂੰ ਪਹਿਚਾਣ ਹੋ ਜਾਵੇ, ਉਹ ਚੀਜ਼ਾਂ ਆਪਣੇ ਕੀੜੇ ਆਪਣੇ ਫਸਲ ਵਿੱਚ ਜਾਂ ਆਪਣੇ ਕਿਚਨ ਗਾਰਡਨ 'ਤੇ ਰਹੇ, ਆਪਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜਿਵੇਂ ਕਿ ਆਪਣੇ ਹੁਣ ਤੇਲਾ ਚੇਪਾ ਆ ਜਾਂਦਾ, ਉਹਨੂੰ ਖਾਣ ਵਾਸਤੇ ਹੋਰ ਕੀੜੇ ਆਉਂਦੇ ਹੈਗੇ ਆ, ਉਹ ਕਿਸਾਨਾਂ ਨੂੰ ਜਾਂ ਆਪਣੇ ਬੀਬਿਆਂ ਨੂੰ ਕੋਈ ਪਹਿਚਾਣ ਨਹੀਂ ਹੁੰਦੀ, ਇਸ ਕਰਕੇ ਆਪਾਂ ਨੂੰ ਲੱਗਦਾ ਕਿ ਕੀੜਾ ਆ ਗਿਆ ਕਿ ਕੀੜੇ ਦੇ ਆਪਾਂ ਚੱਕੀ ਸਪਰੇ ਕਰ ਦਿੱਤੀ ਆ, ਜਿਹੜਾ ਆਪਣਾ ਫਾਇਦੇ ਵਾਲਾ ਕੀੜਾ ਉਹਨੇ ਤਾਂ ਮਰ ਜਾਣਾ ਹੈਗਾ, ਜਿਹੜਾ ਨੁਕਸਾਨ ਵਾਲਾ ਕੀੜਾ ਉਹ ਥੱਲੇ ਰਹਿ ਕੇ ਉਹਦੀ ਜਿਹੜੀ ਸੰਖਿਆ ਹੈਗੀ ਹੋਰ ਵੱਧ ਜਾਂਦੀ ਹੈਗੀ ਆ ਜੀ। ਅਤੇ ਫਿਰ ਇੱਕ ਸਾਨੂੰ ਇਹ ਵੀ ਦੱਸੋ ਵੀ ਜਿਹੜੀ ਪਛਾਣ ਕਿੱਦਾਂ ਹੋਵੇ ਮਿੱਤਰ ਕੀੜਿਆਂ ਦੀ, ਤਾਂ ਜਾਂ ਜੇ ਕੀੜੇ ਹਮਲ, ਔਰ ਜਿਹੜੀ ਕਿਚਨ ਗਾਰਡਨ ਦੇ ਵਿੱਚ ਕੀ ਕੁਛ ਕੁ ਨੁਕਤੇ ਹੈਗੇ ਵੀ ਦੇਖ ਕੇ ਸਾਨੂੰ ਪਤਾ ਲੱਗ ਜਾਵੇ ਵੀ ਆਹ ਬਿਮਾਰੀ ਆ ਗਈ, ਇਹਦਾ ਜੈਵਿਕ ਤਰੀਕੇ ਨਾਲ ਕੀ ਇਲਾਜ ਹੋ ਸਕਦਾ, ਇਹ ਵੀ ਜ਼ਰੂਰ ਦੱਸੋ। ਹਾਂਜੀ, ਜਿਵੇਂ ਦੇਖੋ ਆਪਣੇ ਕੀੜਿਆਂ ਦੀ ਗੱਲ ਹੈਗੀ ਆ, ਪਹਿਲੀ ਗੱਲ ਤਾਂ ਆਪਾਂ ਕੀੜੇ ਨੂੰ ਦੇਖ ਸਕਦੇ ਹੈਗੇ ਆ ਕਿ ਕੀੜਾ ਕੀ ਖਾ ਰਿਹਾ। ਜਿਵੇਂ ਕਿ ਅਸਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਅਸੀਂ 1 ਘੰਟਾ ਉਹ ਪੱਤੇ ਵੱਲ ਵੇਖ ਰਹੇ, ਜੇ ਸਾਨੂੰ ਕੀੜਾ ਮਿਲਦਾ ਹੈਗਾ ਉਹਨੇ ਪੱਤਾ ਖਾਧਾ ਜਾਂ ਉਹਨੇ ਕੋਈ ਕੀੜਾ ਖਾਧਾ ਹੈਗਾ। ਜੇ ਉਹਨੇ ਪੱਤਾ ਵੀ ਖਾ ਲਿਆ ਤਾਂ ਵੀ ਆਪਾਂ ਨੂੰ ਕੋਈ ਜ਼ਿਆਦਾ ਡਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜੇ ਨਾ ਆਪਣੇ ਮੌਸਮ ਮੁਤਾਬਕ ਜਿਹੜਾ ਪੌਦਾ ਹੈਗਾ
ਉਹ ਕੀੜੇ ਨੂੰ ਆਪ ਬੁਲਾਉਂਦਾ ਹੈਗਾ ਵੀ ਉਹਨੂੰ ਸੂਰਜ ਦੀ ਜਿਹੜੀ ਉਹਦੀ ਰੋਸ਼ਨੀ ਚਾਹੀਦੀ ਹੁੰਦੀ ਹੈ ਕਿ ਕੀੜਾ ਉਹਦੇ ਵਿੱਚ ਛੇਦ ਕਰ ਦਿੰਦਾ ਹੈਗਾ। ਜਿਹੜੀ ਕੋਈ ਬਿਮਾਰੀ ਦੀ ਗੱਲ ਹੈਗੀ ਜਿਵੇਂ ਮੰਨ ਲਓ ਕੋਈ ਆਪਾਂ ਨੂੰ ਕੋਈ ਵੀ ਫਲ ਨਹੀਂ ਲੱਗਦਾ ਉਹਦੇ ਲਈ ਹੈਗੇ 1 ਸਾਲ ਪੁਰਾਣੀਆਂ ਪਾਥੀਆਂ ਨੇ, ਉਹ 1 ਕਨਾਲ ਦੀ 1 ਪਾਥੀ ਵਾਧੂ ਹੋ ਜਾਂਦੀ, ਉਹਨੂੰ 4 ਦਿਨ ਵਾਸਤੇ ਉਹਨੂੰ ਭਿਉਂ ਕੇ ਰੱਖਣਾ ਹੈਗਾ 2.5 ਲੀਟਰ ਪਾਣੀ ਦੇ ਵਿੱਚ, ਉਹਨੂੰ 4 ਦਿਨ ਵਾਸਤੇ ਢੱਕ ਦੇਣਾ, 1-4 ਦਿਨ ਮਗਰੋਂ ਜਿਹੜੀ ਉਹ ਪਾਥੀ ਆ ਬਾਹਰ ਕੱਢ ਦੇਣੀ ਆ। ਜਿਹੜਾ ਉਹਦੇ ਵਿੱਚ 1.5 ਲੀਟਰ ਪਾਣੀ ਬਚੂਗਾ ਉਹਨੂੰ ਪੁਣ ਕੇ ਉਹਦੇ ਵਿੱਚ 9 ਲੀਟਰ ਹੋਰ ਪਾਣੀ ਪਾ ਕੇ ਉੱਥੇ ਸਪਰੇਅ ਕਰ ਸਕਦੇ ਹਾਂ ਅਤੇ ਉਹਦੀ ਗਰੋਥ ਪ੍ਰਮੋਟਰ ਵਧੀਆ ਆ ਸਕਦੀ ਆ। ਇਸ ਤੋਂ ਇਲਾਵਾ ਜਿਹੜੀ ਖੱਟੀ ਆਪਣੇ ਘਰਾਂ ਵਿੱਚ ਲੱਸੀ ਹੁੰਦੀ ਆ ਉਹਨੂੰ ਜਮ੍ਹਾਂ ਕਰਨੀ ਸ਼ੁਰੂ ਕਰ ਦਿਉ, ਲੱਸੀ ਦੇ 15 ਦਿਨ ਤੱਕ ਜਿਹੜੀ ਲੱਸੀ ਪੁਰਾਣੀ ਆਪਾਂ ਉਹਦੀ ਸਪਰੇਅ ਕਰ ਸਕਦੇ ਹੈਗੇ ਆ, ਉਹ ਸਭ ਤੋਂ ਵਧੀਆ ਚੀਜ਼ ਹੈਗੀ ਆ। ਅਗਰ ਸੁੰਡੀ ਆਉਂਦੀ ਆ ਸਬਜ਼ੀ ਦੇ ਉੱਤੇ ਉਹ ਤਾਂ ਸਭ ਤੋਂ ਵੱਡੀ ਹੈਗੀ, ਆਪਾਂ ਸਵਾਹ ਦੇ ਛਿੜਕਾਅ ਕਰ ਦਿਉ। ਅਗਰ ਸਵੇਰੇ ਸਵੇਰੇ ਸਵਾਹ ਛਿੜਕਾਂਗੇ ਤਾਂ ਗਿੱਲੀ ਹੁੰਦੀ ਹੈਗੀ ਜਿਹੜੇ ਵੀ ਸਬਜ਼ੀਆਂ ਹੁੰਦੀਆਂ ਨੇ, ਸ਼ਾਮ ਦੇ ਟਾਈਮ 'ਤੇ ਸਵਾਹ ਛਿੜਕਾਂਗੇ ਥੋੜ੍ਹਾ ਪਾਣੀ ਛਿੜਕੋ ਦੇ ਉੱਤੇ ਸਵਾਹ ਪਾ ਦਿਉ, ਜਦੋਂ ਸੁੰਡੀ ਵਗੈਰਾ ਉਹ ਆਪਣੇ ਪੱਤੇ ਨੂੰ ਜਾਂ ਕਿਸੇ ਚੀਜ਼ ਨੂੰ ਖਾ ਕੇ ਉਹਦੇ ਮੂੰਹ 'ਚ ਸਵਾਹ ਆ ਜਾਏਗੀ ਅਤੇ ਸੁੰਡੀ ਦਾ ਕੋਈ ਸਮੱਸਿਆ ਨਹੀਂ ਰਹਿੰਦੀ ਹੈਗੀ ਜੀ। ਅਤੇ ਇਹ ਇਹਦਾ ਕੀਤੀ ਆਪਾਂ ਛਿੜਕਾਂ ਦੀ ਗੱਲ ਅਤੇ ਮਿੱਤਰ ਕੀੜਿਆਂ ਦੀ ਗੱਲ, ਉਸ ਤੋਂ ਬਾਅਦ ਇਹਦੀ ਗੱਲ ਵੀ ਜਿਹੜੇ ਬੀਜ ਹੈ ਉਹ ਕਿਸ ਤਰ੍ਹਾਂ ਤੁਹਾਡੀ ਸੰਸਥਾ ਪ੍ਰੋਵਾਈਡ ਕਰਾਉਂਦੀ ਜਾਂ ਕਿਸ ਤਰ੍ਹਾਂ ਬੀਜ ਖੁਦ ਹੀ ਤਿਆਰ ਕਰਨੇ ਆ ਅਤੇ ਇਹਦੇ ਬਾਰੇ ਵੀ ਥੋੜ੍ਹਾ ਦੱਸੋ। ਹਾਂਜੀ, ਜਿਹੜੇ ਆਪਣੇ ਦੇਸੀ ਬੀਜ ਹੈਗੇ ਸਾਡੀ ਸੰਸਥਾ ਪ੍ਰੋਵਾਈਡ ਕਰਵਾਉਂਦੀ ਹੈਗੀ ਆ ਜੈਤੋ ਤੋਂ, ਉਹ ਤਾਂ ਸਾਡੇ ਇੱਕ ਖੇਤ ਹੈਗਾ ਉੱਥੇ ਖੇਤ ਦੇ ਵਿੱਚ ਜਿਹੜੇ ਸਬਜ਼ੀਆਂ ਉਗਾਈਆਂ ਜਾਂਦੀਆਂ ਅਤੇ ਬੀਜ ਵੀ ਤਿਆਰ ਕੀਤੇ ਜਾਂਦੇ ਹਨ। ਕੁਛ ਬੀਜ ਜਿਹੜੇ ਹੈਗੇ ਅਸੀਂ ਕਿਸਾਨਾਂ ਤੋਂ ਵੀ ਲੈ ਤਿਆਰ ਕਰਵਾਉਂਦੇ ਹੈਗੇ, ਕੁਛ ਜਿਹੜੇ ਬੀਜ ਹੈਗੇ ਬੀਬੀਆਂ ਵੀ ਤਿਆਰ ਕਰਦੀਆਂ ਨੇ। ਜਦੋਂ ਅਸੀਂ ਕਿਸੇ ਨੂੰ ਬੀਜ ਦਿੰਦੇ ਹੈਗੇ ਦੇਸੀ, ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਅੱਜ ਅਸੀਂ ਤੁਹਾਨੂੰ 100 ਰੁਪਏ ਦੀ ਕੱਟ ਦੇਤੀ ਜਾਂ 150 ਦੇਤੀ, ਪਰ ਤੁਸੀਂ ਇਹ ਬੀਜ ਜਿਹੜੇ ਹੈਗੇ ਤੁਸੀਂ ਆਪ ਤਿਆਰ ਕਰੋ, ਕਿਉਂਕਿ ਨਾ ਤਾਂ ਤੁਸੀਂ ਬਾਜ਼ਾਰ 'ਤੇ ਨਿਰਭਰ ਹੋ ਅਤੇ ਜਿਹੜੇ ਬੀਜ ਬਚਾਉਣਾ ਉਹ ਆਪਣੇ ਖੁਦ ਮੁਖਤਿਆਰ ਹੈਗਾ। ਜੇ ਆਪਾਂ ਹਰ ਵਾਰ ਬੀਜ ਲਵਾਂਗੇ ਉਹ ਤਾਂ ਆਪਣੇ ਗੁਲਾਮ ਹੀ ਹੋ ਗਏ ਆਪਾਂ, ਕਿ ਆਪਾਂ ਬਾਜ਼ਾਰ ਤੋਂ ਬੀਜ ਲਵਾਂਗੇ ਤਾਂ ਹੀ ਆਪਣੀ ਖੇਤੀ ਕਰਾਂ, ਕਿਉਂਕਿ ਬੀਜਾਂ ਬਿਨਾਂ ਆਪਣੀ ਜਿਹੜੀ ਖੇਤੀ ਆ ਸੰਭਵ ਨਹੀਂ ਹੈਗੀ ਜੀ। ਅਤੇ ਇਹ ਬੀਜ ਤੋਂ ਬਾਅਦ ਫਿਰ ਗੱਲ ਆ ਜਾਂਦੀ ਹੈ ਬਾਕੀ ਦੀ, ਆਪਾਂ ਗੱਲ ਕਰ ਲਈ ਬੀਜ ਤੋਂ ਬਾਅਦ ਸਾਫ਼ ਸੰਭਾਲ ਦੀ ਗੱਲ ਹੋ ਗਈ ਹੈ, ਉਹ ਤੋਂ ਬਾਅਦ ਇਹਦੀ ਗੱਲ ਮੰਡੀ ਕਰਨ ਦੀ। ਅਗਰ ਮੰਨ ਲਓ ਅਸੀਂ ਇੱਕ ਤਾਂ ਆਪਣੇ ਕਿਚਨ ਗਾਰਡਨ ਲਾਉਂਦੇ ਹਾਂ ਆਪਣੇ ਘਰ ਦੀਆਂ ਜ਼ਰੂਰਤਾਂ ਵਾਸਤੇ, ਅਗਰ ਚਾਹੀਏ ਤਾਂ ਮੰਨ ਲਓ ਜੈਵਿਕ ਖੇਤੀ ਹਰ ਬੰਦਾ ਨਹੀਂ ਉਗਾ ਸਕਦਾ ਤਾਂ ਸਾਡੀ ਜਿਹੜੀ ਉਹ ਮੰਨ ਲਓ ਸਾਡੇ ਕੋਲ ਜਿਹੜੀ ਵੱਧ ਕਿਚਨ ਗਾਰਡਨ ਦੇ ਵਿੱਚ ਜਾਂ ਖੇਤ ਦੇ ਵਿੱਚ ਵੀ ਉਹ ਲੋਕ ਲਾ ਲੈਂਦੇ ਆ, ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਮੰਡੀਕਰਨ ਜਾਂ ਉਹਦਾ ਬਾਜ਼ਾਰੀਕਰਨ ਕਿਸ ਤਰ੍ਹਾਂ ਕੀਤਾ ਜਾਂਦਾ, ਇਹਦੇ ਵਾਸਤੇ ਵੀ ਕੋਈ ਸੰਸਥਾ ਹੈਲਪ ਕਰਦੀ ਹੈ? ਇਹਦੇ ਵਿੱਚ ਜੀ ਅਸੀਂ ਦੇਖੋ ਲੋਕਾਂ ਨੂੰ ਜਾਗਰਤ ਕੀਤਾ ਹੈਗਾ ਵੀ ਦੇਖੋ ਜਿਹੜੇ ਤੁਸੀਂ ਬਾਹਰ ਤੋਂ ਸਬਜ਼ੀ ਲੈਣੀ ਤੁਹਾਡੇ ਪਿੰਡ ਵਿੱਚ ਜੋ ਕਿ ਜੈਵਿਕ ਕਰ ਰਿਹਾ ਤੁਸੀਂ ਉਹ ਤੋਂ ਸਬਜ਼ੀ ਲਓ। ਜੇ ਉਹ ਆਪਾਂ ਨੂੰ ਮੰਨ ਲਓ ਵੀ ਜਿਹੜੀ ਬਿਨਾਂ ਜ਼ਹਿਰ ਤੋਂ ਸਬਜ਼ੀ ਹੈ ਜੇ ਉਹ 10-20 ਰੁਪਏ ਮਹਿੰਗੀ ਵੀ ਹੈ ਉਹ ਕੋਈ ਮਹਿੰਗੀ ਨਹੀਂ ਹੈਗੀ, ਜਿਹੜੀ ਤੁਸੀਂ ਬਾਜ਼ਾਰ ਤੋਂ 20-30 ਰੁਪਏ ਵਾਲੀ ਸਬਜ਼ੀ ਲਓਗੇ ਉਹ 'ਚ ਜ਼ਹਿਰ ਵੀ ਹੈ, ਉਹ ਜ਼ਹਿਰ ਖਾ ਕੇ ਤੁਸੀਂ 200 ਰੁਪਏ ਡਾਕਟਰ ਕੋਲ ਵੀ ਤਾਂ ਲਾਓਗੇ ਜੀ, ਉਹ ਜਿਹੜੀ 20 ਰੁਪਏ ਵਾਲੀ ਸਬਜ਼ੀ ਕੋਈ ਮਹਿੰਗੀ ਨਹੀਂ ਹੈਗੀ। ਇਸ ਤਰ੍ਹਾਂ ਲੋਕਾਂ ਨੂੰ ਬਹੁਤ ਜਾਗਰਤਾ ਹੈਗੀ ਆ, ਜਿਵੇਂ ਕਿ ਹੁਣ ਘਰਾਂ ਵਿੱਚ ਸਬਜ਼ੀਆਂ ਹੈਗੀਆਂ ਲੋਕ ਇੱਕ ਦੂਜੇ ਤੋਂ ਸ਼ੇਅਰ ਵੀ ਕਰ ਲੈਂਦੇ ਨੇ ਅਤੇ ਪਿੰਡਾਂ ਦੇ ਵਿੱਚੋਂ ਇੱਕ ਦੂਜੇ ਖਰੀਦ ਵੀ ਲੈਂਦੇ ਨੇ ਜੀ। ਅਤੇ ਉਸ ਤੋਂ ਬਾਅਦ ਆ ਗਏ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜੀ ਕਿਸਾਨੀ ਆ ਕਿਹਾ ਜਾਂਦਾ ਵੀ ਘਾਟੇ ਦਾ ਸੌਦਾ ਆ ਅਤੇ ਸਬਜ਼ੀਆਂ ਦਾ ਵੀ ਮੰਡੀਕਰਨ ਦੀ ਬੜੀ ਬੜੀ ਵੱਡੀ ਪ੍ਰੋਬਲਮ ਹੈਗੀ, ਲੋਕ ਬਹੁਤ ਸਾਰੇ ਸਬਜ਼ੀਆਂ ਉਗਾਉਂਦੇ ਵੀ ਆ ਪਰ ਮੰਡੀਕਰਨ 'ਚ ਉਹਨਾਂ ਨੂੰ ਪ੍ਰੋਬਲਮ ਆਉਂਦੀ, ਸਹੀ ਭਾਅ ਨਹੀਂ ਜਿਹੜੇ ਮਿਲਦੇ, ਅਤੇ ਫਿਰ ਆਪਾਂ ਗੱਲ ਆਉਂਦੀ ਵੀ ਜਿਹੜਾ ਕਿਸਾਨ ਹੈ ਉਹ ਚਾਹੇ ਸਬਜ਼ੀਆਂ ਵਾਲਾ ਕਿਸਾਨ ਹੈ ਜਾਂ ਆਮ ਲੋਕ ਵੀ ਉਹ ਕਰਜ਼ੇ ਦੇ ਥੱਲੇ ਦੱਬਦੇ ਜਾਂਦੇ ਆ, ਇਹਦੇ ਵਿੱਚ ਜਿਹੜਾ ਸਾਡਾ ਇਹ ਕਿਚਨ ਗਾਰਡਨ ਦਾ ਤੁਸੀਂ ਟ੍ਰੇਨਿੰਗ ਦਿੰਦੇ ਆ ਲੋਕਾਂ ਨੂੰ ਆਤਮ ਨਿਰਭਰ ਕਰਦੇ ਆ, ਕਿਤੇ ਹੈਲਪ ਕਰ ਪਾਉਂਦਾ ਇਹਦੇ ਵਿੱਚ? ਹਾਂਜੀ ਦੇਖੋ ਜੀ, ਇਹਦੇ ਵਿੱਚ ਜਿਹੜੇ ਆਪਾਂ ਦੇਖਦੇ ਹਾਂ ਕਿ ਕਰਜ਼ੇ ਵਾਲੀ ਗੱਲ ਹੈ, ਹੁਣ ਜਿਵੇਂ ਨੇ ਆਪਣੇ ਸਾਡੇ ਇੱਕ ਛੋਟੀ ਜਿਹੀ ਕਿਚਨ ਗਾਰਡਨ ਹੀ, ਆਪਾਂ ਉਹਨੂੰ ਕਹਿੰਦੇ ਵੀ ਇੱਕ ਛੋਟੀ ਜਿਹੀ ਕਿਚਨ ਗਾਰਡਨ ਆ, ਇਹਦੇ ਵਿੱਚ ਇੱਕ ਕਿਚਨ ਗਾਰਡ ਤੋਂ ਜਿਹੜੇ ਵੀ ਇੱਕ ਪਰਿਵਾਰ ਦੇ ਮੈਂਬਰ ਹੈਗਾ 4 ਜਾਂ 5 ਮੈਂਬਰ 1 ਮਹੀਨੇ ਦਾ 3500 ਰੁਪਈਆ ਬਚਾ ਰਿਹਾ ਜੀ।
ਘਰ ਦੀ ਸਬਜ਼ੀ ਲਾ ਕੇ ਜੇ ਆਪਾਂ ਉਹ ਬਾਹਰੋਂ ਨਹੀਂ ਬਚਾ ਸਕਦੇ ਲਿਆ ਕਮਾ ਸਕਦੇ ਉਹਨੂੰ ਬਚਾ ਤਾਂ ਆਪਾਂ ਸਕਦੇ ਹਾਂ, ਜੇ ਆਪਾਂ ਕਿਚਨ ਗਾਰਡਨ ਤੋਂ ਇੰਨੇ ਪੈਸੇ ਬਚਾ ਸਕਦੇ ਹੈਗੇ ਹਾਂ, ਆਪਾਂ ਆਪਣੇ ਖੇਤ ਵਿੱਚ ਜਿਹੜੀਆਂ ਚੀਜ਼ਾਂ ਉਗਾ ਕੇ ਪੈਸਾ ਕਿਉਂ ਨਹੀਂ ਬਚਾ ਸਕਦੇ ਹੈਗੇ? ਜੇ ਆਪਾਂ ਬਾਜ਼ਾਰ 'ਤੇ ਨਿਰਭਰ ਹੁੰਦੇ ਹਾਂ ਤਾਂ ਹੀ ਤਾਂ ਆਪਾਂ ਕਰਜ਼ੇ ਥੱਲੇ ਆਉਂਦੇ ਹਾਂ, ਹਰ ਚੀਜ਼ ਤਾਂ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਹਾਂ ਕਿ ਖੇਤ ਵਿੱਚ ਤਾਂ ਇੱਕ ਝੋਨਾ ਅਤੇ ਇੱਕ ਕਣਕ ਹੈਗੀ ਆ, ਅਤੇ ਦੋਨਾਂ ਚੀਜ਼ਾਂ ਮਿਲਦੇ। ਜੇ ਆਪਾਂ ਮੰਡੀ ਕਰਨੀ ਆਪਾਂ ਘਰ ਵਾਸਤੇ ਤਾਂ ਲੈ ਸਕਦੇ ਹਾਂ, ਗੰਨਾ ਉਗਾ ਸਕਦੇ ਹੈਗੇ, ਮੱਕੀ ਉਗਾ ਸਕਦੇ ਹੈਗੇ ਹਾਂ, ਅਤੇ ਉਹਦੇ ਨਾਲ ਆਪਾਂ ਜਿਹੜੇ ਖਰਚੇ ਆਪਾਂ ਘੱਟ ਵੀ ਕਰ ਸਕਦੇ ਹੈਗੇ ਹਾਂ ਜੀ। ਜੀ, ਅਤੇ ਇੱਕ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਜਿੱਦਾਂ ਖੁਦ ਵੀ ਹੁਣ ਪਿੰਡਾਂ ਦੇ ਵਿੱਚ ਜਾਂਦੇ ਹੋ, ਟ੍ਰੇਨਿੰਗ ਵੀ ਲੋਕਾਂ ਨੂੰ ਦਿੰਦੇ ਆ, ਅਤੇ ਉਹਦੇ ਵਿੱਚ ਜਿਹੜੀ ਤੁਹਾਡੀ ਸੰਸਥਾ ਹੈ ਉਹ ਤੁਹਾਨੂੰ ਕੋਈ ਮਾਲੀ ਮਦਦ ਵੀ ਦਿੰਦੀ ਹੈ, ਕੋਈ ਹੈਲਪ ਵੀ ਦਿੰਦੀ ਹੈ, ਜਾਂ ਕਿਸ ਤਰ੍ਹਾਂ ਹੁੰਦਾ ਇਹ ਜ਼ਰੂਰ ਦੱਸੋ। ਹਾਂਜੀ, ਜਿਹੜੇ ਅਸੀਂ ਪਿੰਡਾਂ ਵਿੱਚ ਜਾਂਦੇ ਹੈਗੇ ਹਾਂ, ਨਾਲ ਪਿੰਡਾਂ ਦੇ ਵਿੱਚ ਜਾਣਾ, ਮੈਂ ਹੁਣ 24 ਪਿੰਡਾਂ ਵਿੱਚ ਜਾਂਦੀ ਹੈਗੀ, ਰੋਜ਼ ਅਸੀਂ ਜਾਣਾ, ਦੋ ਦੋ ਪਿੰਡ ਅਸੀਂ ਕਵਰ ਕਰਦੇ ਹੈਗੇ ਹਾਂ, ਇਹਦੇ ਵਿੱਚ ਸੰਸਥਾ ਸਾਨੂੰ ਖਰਚਾ ਪਾਣੀ ਦਿੰਦੀ ਹੈਗੀ ਆ ਜਾਣ ਆਉਣ ਵਾਸਤੇ ਕਰਦੇ ਹੈਗੇ। ਅਤੇ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੈ ਅਤੇ ਤੁਹਾਡੇ ਤੋਂ ਇਲਾਵਾ ਹੋਰ ਕਿੰਨੀਆਂ ਕੁ ਔਰਤਾਂ ਜਿਹੜੀਆਂ ਤੁਹਾਡੇ ਇਸ ਗਰੁੱਪ ਦੇ ਵਿੱਚ ਸ਼ਾਮਿਲ ਹੈਗੀਆਂ, ਸੰਸਥਾ ਦੇ ਨਾਲ ਮਿਲ ਕੇ ਇੱਦਾਂ ਦਾ ਜਿਹੜਾ ਕੰਮ ਕਰਦੀਆਂ? ਹਾਂਜੀ, ਮੇਰੇ ਨਾਲ ਜਿਹੜੇ ਹੈਗੇ ਇਸ ਵਕਤ ਸਾਡਾ ਵੀ 8 ਜਣਿਆਂ ਦਾ ਗਰੁੱਪ ਹੈਗਾ ਜਿਹੜਾ ਸੰਸਥਾ ਨਾਲ ਮਿਲ ਕੇ ਕੰਮ ਕਰਦੇ ਹਾਂ। ਵੈਸੇ ਦੇਖਿਆ ਜਾਵੇ ਤਾਂ ਹੋਰ ਵੀ ਬਹੁਤ ਬੀਬੀਆਂ ਹੈਗੀਆਂ ਨੇ ਜਿਹੜੀਆਂ ਇਹ ਚੀਜ਼ ਨੂੰ ਅੱਗੇ ਪ੍ਰਚਾਰ ਕਰਦੀਆਂ ਹੈਗੀਆਂ ਨੇ, ਜਿਵੇਂ ਦੇ ਅਸੀਂ ਆਸ਼ਾ ਵਰਕਰਾਂ ਕੋਲ ਜਾਂਦੇ, ਆਂਗਣਵਾੜੀ ਟੀਚਰਾਂ ਕੋਲ, ਡਾਕਟਰਾਂ ਕੋਲ ਜਾਂਦੇ ਹੈਗੇ ਹਾਂ, ਕਿਉਂਕਿ ਆਸ਼ਾ ਵਰਕਰ ਦਾ ਵੀ ਕੰਮ ਹੈਗਾ ਪਿੰਡ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੀਬੀਆਂ ਨਾਲ ਗੱਲਬਾਤ ਕਰਨੀ, ਉਹ ਜਿਹੜੀਆਂ ਹੈਗੀਆਂ ਬੀਬੀਆਂ ਨੇ ਸਾਡੇ ਜਿਹੜੇ ਅੱਗੇ ਜਿਹੜਾ ਸੰਦੇਸ਼ ਦਿੰਦੀਆਂ ਹੈਗੀਆਂ ਨੇ, ਆਂਗਣਵਾੜੀ ਟੀਚਰ ਹੈਗੇ ਉਹ ਵੀ ਸਾਡੇ ਜਿਹੜਾ ਸੰਦੇਸ਼ ਹੈਗੇ ਅੱਗੇ ਦਿੰਦੀਆਂ ਨੇ, ਇਹ ਆਪਣੀ ਸੰਸਥਾ ਦਾ ਹੈਗਾ। ਅਤੇ ਜਿਹੜੇ ਲੋਕਾਂ ਨੂੰ ਤੁਸੀਂ ਅੱਗੇ ਟ੍ਰੇਨਡ ਕਰਦੇ ਹੋ ਉਹ ਤੁਹਾਡੇ ਹੈਲਪ ਨਾਲ ਉਗਾਉਂਦੇ ਆ, ਕੀ ਤੁਹਾਨੂੰ ਉਹਨਾਂ ਵੱਲੋਂ ਵੀ ਕੋਈ ਮਦਦ ਮਿਲਦੀ ਆ, ਤੁਹਾਨੂੰ ਜਾਂ ਆਰਥਿਕ ਲਾਭ ਹੁੰਦਾ ਉਸ ਚੀਜ਼ ਦਾ, ਜਾਂ ਸੰਸਥਾ ਨੂੰ ਆਰਥਿਕ ਲਾਭ ਹੁੰਦਾ? ਹਾਂਜੀ, ਜਿਹੜੇ ਲੋਕਾਂ ਨੂੰ ਅਸੀਂ ਟ੍ਰੇਨਿੰਗ ਦਿੰਦੇ ਹਾਂ, ਉਹਨਾਂ ਨੂੰ ਆਪਣੇ ਬਗੀਚੀ ਉਹਨਾਂ ਨੇ ਲਗਾਈ ਹੈਗੀ, ਉਹ ਹੋਰ ਵੀ ਲੋਕਾਂ ਨੂੰ ਜਿਹੜਾ ਇਹ ਸੰਦੇਸ਼ ਦਿੰਦੇ ਹੈਗੇ ਆ, ਅਤੇ ਹੋਰ ਉਹਨਾਂ ਜਿਹੜੀ ਮਦਦ ਵੀ ਅੱਗੇ ਜਾ ਕੇ ਕਰਦੇ ਹੈਗੇ ਵੀ ਇਹ ਚੀਜ਼ ਜਿਹੜੀ ਵਧੀਆ ਹੈਗੀ, ਸਾਨੂੰ ਖਾਣ ਵਿੱਚ ਵੀ ਵਧੀਆ ਲੱਗਦੀ ਆ, ਇਹਦੇ ਵਿੱਚ ਜਿਹੜੇ ਅਸੀਂ ਆ ਰੋਗਾਂ ਤੋਂ ਵੀ ਬਚਦੇ ਹੈਗੇ, ਜਿਵੇਂ ਸਾਗ ਲੈ ਲਓ, ਹਰ ਡਾਕਟਰ ਹੈਗਾ ਕਿ ਸਾਗ ਬੰਦ ਕਰ ਦਿੰਦੇ ਹੈ ਕਿ ਸਾਗ ਖਾਓਗੇ ਤੇਜ਼ਾਬ ਬਣੂਗਾ, ਹੁਣ ਤੁਸੀਂ ਜਿਹੜਾ ਘਰ ਦੇ ਵਿੱਚ ਤੁਸੀਂ ਸਾਗ ਖਾਓਗੇ ਕੋਈ ਉਹਦੇ ਨਾਲ ਜਿਹੜੀ ਹੈਗੀ ਸਮੱਸਿਆ ਨਹੀਂ ਆਉਂਦੀ। ਇਹ ਚੀਜ਼ 'ਤੇ ਮੈਂ ਸਰਵੇ ਵੀ ਕੀਤੇ ਸੀ ਵੀ ਘਰ ਦੇ ਜਿਹੜੇ ਸਾਗ ਖਾਣ ਦੇ ਨਾਲ ਸਾਨੂੰ ਕਦੇ ਕੋਈ ਤੇਜ਼ਾਬ ਦੀ ਸਮੱਸਿਆ ਨਹੀਂ ਆਈ, ਇਹ ਸੰਦੇਸ਼ ਜਿਹੜਾ ਬੀਬੀਆਂ ਹੈਗੀਆਂ ਨੇ ਉਹ ਅੱਗੇ ਤੋਂ ਅੱਗੇ ਦਿੰਦੀਆਂ ਹੈਗੀਆਂ, ਕਿਉਂਕਿ ਲੋਕਾਂ ਨੂੰ ਹਰ ਇੱਕ ਨੂੰ ਇਹ ਪ੍ਰੋਬਲਮ ਤਾਂ ਹੈਗੀ ਹੈਗੀ ਆ ਜੀ। ਜੀ, ਅਤੇ ਇਹ ਤੁਸੀਂ ਜਿਹੜੀ ਮਤਲਬ ਟ੍ਰੇਨਿੰਗ ਦਿੰਦੇ ਹੋ ਲੋਕਾਂ ਨੂੰ ਜਾ ਕੇ, ਤੁਸੀਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਜਾਂ ਕਿਹੜੇ ਕਿਹੜੇ ਪੌਦੇ ਲਾਉਣ ਦੀ ਲੋਕਾਂ ਨੂੰ ਸੁਜੈਸਟ ਕਰਦੇ ਹਾਂ ਤਾਂ ਜੋ ਉਹਨਾਂ ਦੇ ਜਿਹੜੇ ਰੋਗਾਂ ਤੋਂ ਵੀ ਮੁਕਤੀ ਮਿਲ ਸਕੇ ਅਤੇ ਉਹਨਾਂ ਦੇ ਜਿਹੜੇ ਪੌਸ਼ਟਿਕ ਤੱਤ ਹੈ ਉਹ ਵੀ ਪੂਰੇ ਹੋ ਸਕਣ? ਹਾਂਜੀ, ਜਿਵੇਂ ਦੇਖੋ ਜੀ ਆਪਣੀਆਂ ਜਿਹੜੀ ਸਬਜ਼ੀਆਂ ਨੇ ਘਰਾਂ ਦੀਆਂ ਨੇ ਇਹਦੇ ਵਿੱਚ ਤਾਂ ਪੌਸ਼ਟਿਕ ਤੱਤ ਹੈ ਹੀ ਹੈਗੇ ਨੇ, ਇੱਕ ਤਾਂ ਇਹ ਔਰਗੈਨਿਕ ਨੇਗੀਆਂ, ਦੂਸਰੇ ਆਪਾਂ ਜਿਵੇਂ ਮੰਨ ਲਓ ਜਿਵੇਂ ਬਾਥੂ ਹੈਗਾ, ਬਾਥੂ ਆਪਾਂ ਆਮ ਹੀ ਸੁੱਟ ਦਿੰਦੇ, ਇਹਦੇ ਵਿੱਚ ਦੱਸਿਆ ਵੀ ਆਰਐਨ ਹੁੰਦੀ ਹੈਗੀ ਆ, ਇਹ ਜਿਹੜੇ ਆਪਾਂ ਵੱਧ ਤੋਂ ਵੱਧ ਇਸ ਤਰ੍ਹਾਂ ਚੀਜ਼ਾਂ ਖਾਵਾਂਗੇ, ਇੱਟ ਸੈੱਟ ਹੈਗੀ ਆ, ਇਹਨੂੰ ਖਾਓ ਤੁਸੀਂ ਜਿਗਰ ਦੀ ਬਿਮਾਰੀ ਨਹੀਂ ਲੱਗਦੀ, ਪਾਲਕ ਹੈਗੀ ਆ, ਪਾਲਕ ਦੇ ਨਾਲ ਵੀ ਆਰਐਨ ਦੀ ਜਿਹੜੀ ਕਮੀ ਹੋਊਗੀ ਪੂਰੀ ਹੋ ਜਾਂਦੀ ਹੈਗੀ ਆ। ਇਸ ਤਰ੍ਹਾਂ ਜੇ ਆਪਾਂ ਜੈਵਿਕ ਸਬਜ਼ੀਆਂ ਖਾਵਾਂਗੇ ਇਹਦੇ 'ਚ ਹਰ ਜਿਹੜੇ ਤੱਤ ਹੈਗੇ ਆਪਾਂ ਨੂੰ ਮਿਲਣਗੇ। ਜੀ, ਅਤੇ ਉਸ ਤੋਂ ਇਲਾਵਾ ਫਿਰ ਆਪਾਂ ਜਦੋਂ ਤੁਸੀਂ ਇਹ ਸਾਰੇ ਹੁਣ ਗਰੁੱਪ ਤੁਹਾਡਾ ਬਣ ਗਿਆ, ਉਸ ਤੋਂ ਬਾਅਦ ਜਿਹੜਾ ਤੁਹਾਨੂੰ ਲੋਕਾਂ ਦਾ ਕੀ ਰਿਸਪੋਂਸ ਮਿਲ ਰਿਹਾ ਆ ਵੀ ਅੱਗੇ ਹੋਰ ਵੀ ਤੁਸੀਂ ਕਵਰ ਕਰ ਪਾ ਰਹੇ ਹਾਂ ਲੋਕਾਂ ਨੂੰ ਜਾਂ ਕੋਈ ਸਮੱਸਿਆ ਆ ਰਹੀ ਹੈ? ਨਹੀਂ ਜੀ, ਹੁਣ ਜਿਹੜੇ ਹੈਗੇ ਮੈਂ ਦੇਖੋ 2000 ਤੋਂ ਜਿਹੜੇ ਕੰਮ ਕਰਦੀ ਹੈਗੀ ਹਾਂ, ਜਿਹੜਾ ਹੁਣ ਤੱਕ ਮੈਨੂੰ ਲੋਕਾਂ ਦੇ ਪਹਿਲੇ ਤੋਂ ਚੱਲ ਨਹੀਂ ਸੀ, ਲੋਕ ਜੀ ਕੇਅਰ ਕਰਦੇ ਸੀ, ਪਰ ਲੋਕਾਂ ਦਾ ਹੁਣ ਮੈਨੂੰ ਬਹੁਤ ਜ਼ਿਆਦਾ ਜਿਹੜੇ ਸੀ ਸਪੋਰਟ ਮਿਲਦੀ ਹੈਗੀ ਆ, ਲੋਕ ਖੁਦ ਫੋਨ ਕਰਕੇ ਸਾਨੂੰ ਬੁਲਾਉਂਦੇ ਹੈਗੇ ਆ, ਹੁਣ ਸਾਨੂੰ ਇੱਕ ਦੋ ਦਿਨ ਚੀਮਿਆਂ ਵਿੱਚ ਵੀ ਸਾਨੂੰ ਬੁਲਾ ਰਹੇ ਕਿ ਜਿਹੜੀਆਂ ਸਾਡੀਆਂ ਬਗੀਚੀਆਂ ਹੈਗੀਆਂ ਨੇ ਉਹ ਅਸੀਂ ਤਿਆਰ ਕਰਨ, ਉਹ ਸਾਡੀਆਂ ਕਿਹੜੇ ਕੋਲੇ ਖੜ ਕੇ ਤਿਆਰ ਕਰਵਾ ਕੇ ਜਾਓ, ਜਿਹੜੀਆਂ ਵੱਡੀਆਂ ਬਗੀਚੀਆਂ ਆਉਂਦੀਆਂ ਨੇ ਹੈਗੇ, ਅਸੀਂ 2-3 ਜਿਹੜੇ ਵਰਕਰ ਹੁੰਦੇ ਹਾਂ ਅਸੀਂ ਉਹਨਾਂ ਦੇ ਬਗੀਚੀਆਂ ਇੱਕ ਅੱਧੇ ਬਗੀਚੀ ਦੇ ਵਿੱਚ ਜਿਹੜੇ ਆਸ ਪਾਸ ਦੇ ਲੋਕਾਂ ਨੂੰ ਉਹਨਾਂ ਨੂੰ ਬੁਲਾ ਲੈਂਦੇ ਹੈਗੇ ਆ, ਉਹ ਪ੍ਰੈਕਟੀਕਲ ਦੇ ਵਿੱਚ ਅਸੀਂ ਬਗੀਚੀ ਤਿਆਰ ਕਰਵਾ ਦਿੰਦੇ ਹੈਗੇ ਆ, ਅੱਗੇ ਜਦੋਂ
ਜਦੋਂ ਉਹਨਾਂ ਦੀ ਕੋਈ ਸਾਂਭ ਸੰਭਾਲ ਵਾਸਤੇ ਨੇ ਕਰਦੇ ਹੈਗੇ ਉਹ ਸਾਨੂੰ ਫੋਨ ਕਰਕੇ ਬੁਲਾ ਵੀ ਲੈਂਦੇ ਹੈਗੇ ਜੇ ਕੋਈ ਉਹਨਾਂ ਦੀ ਸਮੱਸਿਆ ਆਉਂਦੀ ਹੈ ਬਗੀਚੀ ਦੇ ਵਿੱਚ ਕੋਈ ਸੁੰਡੀ ਵਗੈਰਾ ਪੈ ਗਈ ਹੈ ਜਾਂ ਕੋਈ ਫਲ ਨਹੀਂ ਲੱਗਦਾ ਉਹ ਅਸੀਂ ਜਾ ਕੇ ਉਹਨਾਂ ਨੂੰ ਦੱਸ ਕੇ ਆਉਂਦੇ ਹੈਗੇ ਹਾਂ। ਅਤੇ ਹੁਣ ਤੱਕ ਤੁਸੀਂ ਜਿਹੜਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੰਮ ਕਰ ਚੁੱਕੇ ਹਾਂ ਤਾਂ ਤੁਹਾਨੂੰ ਜਿਹੜਾ ਹੁਣ ਤੱਕ ਲੋਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਜਾਂ ਪਿਆਰ ਦਿੱਤਾ ਗਿਆ ਜਾਂ ਕੋਈ ਸਰਕਾਰੀ ਡਿਪਾਰਟਮੈਂਟਾਂ ਵੱਲੋਂ ਤੁਹਾਨੂੰ ਜਿਹੜੇ ਮਾਨ ਸਨਮਾਨ ਮਿਲੇ ਆ ਤਾਂ ਉਹਦੇ ਬਾਰੇ ਵੀ ਸਾਨੂੰ ਜ਼ਰੂਰ? ਹਾਂਜੀ, ਜਿਹੜਾ ਦੇਖੋ ਜੀ ਮੈਨੂੰ ਮਾਨ ਸਨਮਾਨ ਮਿਲਿਆ ਹੈਗਾ ਇੱਕ ਆਤਮਾ ਵਿਭਾਗ ਵੱਲੋਂ ਮੈਨੂੰ ਸਨਮਾਨਿਤ ਕੀਤਾ ਹੈਗਾ, ਫਿਰ PAU ਕੰਨੀ ਮੈਨੂੰ ਅਵਾਰਡ ਦਿੱਤਾ ਗਿਆ ਹੈਗਾ, ਆਪਣੇ ADC ਵੱਲੋਂ ਬਰਨਾਲਾ ਵੱਲੋਂ ਵੀ ਮੈਨੂੰ ਸਨਮਾਨਿਤ ਕੀਤਾ ਗਿਆ, ਪੰਜਾਬ ਦੇ ਡਾਇਰੈਕਟਰ ਸਾਹਿਬ ਨੇ, ਮੈਂ ਸ਼ਾਇਦ ਹੁਣ ਉਹਨਾਂ ਦਾ ਮੈਨੂੰ ਨਾਂ ਤਾਂ ਯਾਦ ਨਹੀਂ ਹੈਗਾ, ਕਿਸਾਨ ਮੇਲੇ ਵਿੱਚ ਉਹਨਾਂ ਨੇ ਮੈਨੂੰ ਇਸ ਚੀਜ਼ 'ਤੇ ਸਨਮਾਨਿਤ ਕੀਤਾ ਹੈਗਾ ਜੀ। ਅਤੇ ਹੁਣ ਜਿੱਦਾਂ ਤੁਸੀਂ ਦੇਖੋ ਇੱਕ ਔਰਤ ਹੋਣ ਦੇ ਨਾਂ 'ਤੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਪੜ੍ਹਾਈ 'ਚ ਵੀ ਮੁਸ਼ਕਲਾਂ ਆਈਆਂ, ਉਹ ਤੋਂ ਬਾਅਦ ਤੁਸੀਂ ਪਿੰਡ 'ਚ ਵਿਆਹੇ ਗਏ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਤੁਹਾਨੂੰ ਰਾਹ ਮਿਲਿਆ ਤਾਂ ਇੱਕ ਤੁਹਾਡੇ ਕਲਬ ਜੀਵਨ ਨੂੰ ਜ਼ਿੰਦਗੀ ਦੇ ਸਫ਼ਰ ਨੂੰ ਇੱਕ ਲੀਹ ਮਿਲੀ ਅਤੇ ਲੋਕਾਂ ਦਾ ਵੀ ਤੁਸੀਂ ਜੀਵਨ ਜਿਹੜਾ ਉਹ ਬਦਲਦੇ ਪਏ ਹਾਂ ਤਾਂ ਇਸ ਵੇਲੇ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਮੈਂ ਜੀ ਬਹੁਤ ਵਧੀਆ ਮਹਿਸੂਸ ਕਰਦੀ ਹੈਗੀ। ਦੇਖੋ ਜੀ, ਮੈਂ ਕਦੇ ਜ਼ਿੰਦਗੀ ਤੋਂ ਮੈਨੂੰ ਕੋਈ ਆਸ ਨਹੀਂ ਸੀ ਕਿ ਮੈਂ ਜਿਹੜੀ ਇੱਕ ਲੇਡੀ ਔਰਤ ਘਰ ਬੈਠੀ ਕਦੇ ਗੁਆਂਢ ਘਰ ਵਿੱਚ ਗੁਆਂਢ ਨਹੀਂ ਗਈ, ਕਦੇ ਗੱਲਬਾਤ ਨਹੀਂ ਕਦੇ ਕਿਸੇ ਨਾਲ ਕੀਤੀ ਅਤੇ ਅੱਜ ਮੈਂ ਲੋਕਾਂ ਵਿੱਚ ਜਾ ਰਹੀ ਹਾਂ। ਮੈਨੂੰ ਖੇਤੀ ਬਾਰੇ ਕੁਛ ਨਹੀਂ, ਆਪ ਖੁਦ ਨੂੰ ਨਹੀਂ ਸੀ ਪਤਾ ਕਿ ਅੱਜ ਮੈਂ ਲੋਕਾਂ ਨੂੰ ਜਾਣਕਾਰੀ ਦੇ ਰਹੀ ਹਾਂ, ਮੇਰੇ ਕੋਲ ਬੱਚੇ ਜਿਹੜੇ ਹੈਗੇ ਆ ਮੈਨੂੰ ਸਿੱਖਣ ਵਾਸਤੇ ਮੇਰੇ ਕੋਲ ਆਉਂਦੇ ਹੈਗੇ ਆ ਕਿ ਮੈਂ ਇੱਕ ਮੇਰੇ ਕੋਲ ਇੱਕ ਜ਼ਿਆਦਾ ਪੜ੍ਹਾਈ ਵੀ ਨਹੀਂ, ਮੇਰੇ ਕੋਈ ਡਿਗਰੀ ਵੀ ਨਹੀਂ ਹੈਗੀ, ਪਰ ਜਿਹੜਾ ਇਹ ਗਿਆਨ ਹੈਗਾ ਮੈਨੂੰ ਇੱਕ ਬਜ਼ੁਰਗਾਂ ਤੋਂ ਵੀ ਆਸੇ ਤੁਰ ਕੇ ਫਿਰ ਕੇ ਪ੍ਰਾਪਤ ਹੋਇਆ, ਇੱਕ ਜਿਹੜੀ ਮੇਰੀ ਸੰਸਥਾ ਦੀ ਦੇਣ ਹੈਗੀ ਆ ਕਿ ਚਲੋ ਵੀ ਜਿਹੜਾ ਮੈਨੂੰ ਇੰਨਾ ਮਾਣ ਸਨਮਾਨ ਮਿਲ ਰਿਹਾ ਹੈਗਾ ਜੀ। ਜੀ, ਅਤੇ ਹੁਣ ਜਾਂਦੇ ਜਾਂਦੇ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਵਰਗੀਆਂ ਜਿੰਨੀਆਂ ਵੀ ਔਰਤਾਂ ਜਿਹੜੀਆਂ ਤੁਹਾਨੂੰ ਸਾਡੇ TV ਮਾਧਿਅਮ ਦੇ ਰਾਹੀਂ ਦੇਖ ਰਹੇ ਹਾਂ ਜਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਜੀ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਵੀ ਦੇਖੋ ਜੀ, ਆਪਾਂ ਪਾਠ ਵੀ ਕਰਦੇ ਹੈਗੇ ਹਾਂ, ਗੁਰਬਾਣੀ ਪੜ੍ਹਦੇ ਹੈਗੇ ਹਾਂ, ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਦੇਖੋ, ਪਾਣੀ ਆਪਣਾ ਪਿਤਾ ਹੈ, ਧਰਤੀ ਆਪਣੀ ਮਾਤਾ ਹੈ, ਆਪਾਂ ਦੋਨਾਂ ਨੂੰ ਜਿਹੜਾ ਹੈਗਾ ਗੰਧਲੇ ਕਰ ਦਿੱਤਾ ਹੈ, ਜਿਹੜੇ ਆਉਣ ਵਾਲੀ ਪੀੜ੍ਹੀ ਲਈ ਆਪਾਂ ਉਹਨਾਂ ਨੂੰ ਕੀ ਛੱਡ ਕੇ ਜਾ ਰਹੇ ਹਾਂ, ਜਿਹੜੇ ਆਪਣੇ ਬਜ਼ੁਰਗ ਸੀ ਆਪਣੇ ਲਈ ਸ਼ੁੱਧ ਹਵਾ ਸ਼ੁੱਧ ਪਾਣੀ ਸਾਰਾ ਕੁਛ ਛੱਡ ਕੇ ਗਏ ਸੀ, ਪਰ ਆਪਾਂ ਇਹ ਬੱਚਿਆਂ ਲਈ ਆਪਾਂ ਸਾਰਾ ਕੁਛ ਖਤਮ ਕਰਕੇ ਜਾ ਰਹੇ ਹਾਂ, ਪਰ ਇਹ ਜਿਹੜੀ ਚੀਜ਼ ਹੈਗੀ ਬਚਾਉਣ ਦੀ ਲੋੜ ਹੈਗੀ ਆ, ਇਹ ਆਪਣੇ ਸਾਰੇ ਪੇਰੈਂਟਸ ਨੂੰ ਬੱਚਿਆਂ ਨੂੰ ਵੀ ਜਿਹੜੀ ਸੰਦੇਸ਼ ਹੈਗਾ, ਜਿਹੜੇ ਆਪਣਾ ਵਾਤਾਵਰਨ ਨੂੰ ਬਚਾਓ, ਆਪਣੇ ਪਾਣੀ ਨੂੰ ਬਚਾਓ, ਆਪਣੀ ਧਰਤੀ ਮਾਤਾ ਨੂੰ ਬਚਾਓ ਜੀ। ਅਤੇ ਇਹ ਸਨ ਦਰਸ਼ਕੋ ਸਾਡੇ ਨਾਲ ਕਮਲਜੀਤ ਕੌਰ ਜੀ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਡੇ ਨਾਲ ਇਸ ਪ੍ਰੋਗਰਾਮ 'ਤੇ ਗੱਲ ਕਰਨ ਲਈ। ਅਤੇ ਅਸੀਂ ਇਹਨਾਂ ਦੇ ਜਿਹੜੇ ਸਫਰੇ ਜ਼ਿੰਦਗੀ 'ਤੇ ਪੂਰੀ ਝਾਤ ਪਾਈ ਪਈ, ਇਹਨਾਂ ਨੇ ਕਿਸ ਤਰ੍ਹਾਂ ਚੱਲ ਕੇ ਇੱਕ ਔਰਤ ਹੋਣ ਦੇ ਨਾਂ 'ਤੇ ਬਾਅਦ 'ਚ ਇਹਨਾਂ ਨੂੰ ਇੱਕ ਮੁਕਾਮ ਮਿਲਿਆ ਅਤੇ ਇੱਕ ਰਾਹ ਮਿਲਿਆ ਅਤੇ ਜ਼ਿੰਦਗੀ ਦੇ ਸਫ਼ਰ 'ਤੇ ਚੱਲਦੇ ਆ, ਹੋਰ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਇਹ ਸੁਖਾਲੀ ਬਣਾ ਰਹੇ ਹੈ। ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਅਸੀਂ ਕਰਾਉਂਦੇ ਰਹਾਂਗੇ ਤਾਂ ਜੋ ਹੋਰ ਵੀ ਲੋਕਾਂ ਨੂੰ ਦੇਖ ਕੇ ਜ਼ਿੰਦਗੀ ਦੇ ਨਵੇਂ ਰਾਹ ਮਿਲ ਸਕਣ। ਅਤੇ ਦਰਸ਼ਕੋ, ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।